ਭਰਾਵਾਂ ਦੇ ਰਹਿਮ ਦੇ ਨਾਲ ਅਸੀਂ ਆਪਣੀ ਇਸ ਸੀਰੀ ਦੇ ਅੱਜ ਅਖੀਰਲੇ ਹਿੱਸੇ ਦੇ ਵਿੱਚ ਜਾ ਰਹੇ ਹਾਂ ਜੋ ਹੈ ਕਿ हे ਭਾਰ ਤੇ ਬੋਝ ਦੇ ਥੱਲੇ ਦੱਬੇ ਹੋਏ ਲੋਕੋ ਮੇਰੇ ਕੋਲ ਆਓ ਮੈਂ ਤੁਹਾਨੂੰ ਆਰਾਮ ਦਊਂਗਾ। ਔਰ ਪ੍ਰਭੂ ਦਾ ਇਹ ਵਾਅਦਾ ਆ। ਅਸੀਂ ਪਿਛਲੀਆਂ ਹਫ਼ਤਿਆਂ ਦੇ ਵਿੱਚ ਮੱਤੀ ਦਾ 11ਵਾਂ ਭਾਗ ਮੱਤੀ ਦਾ 12ਵਾਂ ਭਾਗ ਔਰ ਪਿਛਲੇ ਹਫਤੇ ਅਸੀਂ ਕੂਚ ਦੇ ਵਿੱਚੋਂ ਇਹ ਮੂਸਾ ਧਰਮ ਦੇਣ ਵਾਲੇ ਦੀ ਰਾਹੇ ਵੀ ਦੇਖਿਆ ਕਿ ਉਸ ਦਾ ਧਿਆਨ ਵੀ ਸਾਰੇ ਦਾ ਸਾਰਾ ਧਰਮ ਤੋਂ ਟੁੱਟ ਚੁੱਕਾ ਸੀ ਈਵਨ ਦੋ ਕਿ ਉਹ ਧਰਮ ਲੈ ਕੇ ਆਇਆ ਧਰਮ ਦੀਆਂ ਫੱਟੀਆਂ ਉਹਦੇ ਹੱਥ ਦੇ ਵਿੱਚ ਫੜੀਆਂ ਆ ਔਰ ਜਿਸ ਵੇਲੇ ਉਸ ਨੇ ਲੋਕਾਂ ਹਾਲ ਦੇਖਿਆ ਤਾਂ ਉਸ ਨੇ ਦੇਖਿਆ ਕਿ ਇਹ ਧਰਮ ਰੱਖ ਹੀ ਨਹੀਂ ਸਕਦੇ ਉਸ ਨੇ ਵੀ ਉਹ ਫੱਟੀਆਂ ਤੋੜ ਦਿੱਤੀਆਂ ਕਿ ਇਹ ਧਰਮ ਇਹ ਧਰਮ ਨਹੀਂ ਰੱਖ ਹੋਣਾ ਤਰਮ ਨਹੀਂ ਕੋਈ ਵੀ ਰੱਖ ਸਕਦਾ ਔਰ ਉਹ ਵੀ ਪ੍ਰਭੂ ਦੀ ਕਿਰਪਾ ਪਾਉਣ ਦੇ ਲਈ ਪ੍ਰਭੂ ਦੇਆਂ ਚਰਨਾਂ ਦੇ ਵਿੱਚ ਡਿੱਗ ਗਿਆ ਕਿ ਜੇ ਸੱਚਮੁੱਚ ਤੇਰੀ ਕਿਰਪਾ ਦ੍ਰਿਸ਼ਟੀ ਸਾਡੇ ਉੱਤੇ ਹੈ ਤਾਂ ਫਿਰ ਤੂੰ ਸਾਨੂੰ ਆਪਣਾ ਵਿਰਸਾ ਬਣਾ ਲਾ ਫਿਰ ਤੂੰ ਸਾਨੂੰ ਆਪਣੀ ਸੰਤਾਨ ਬਣਾ ਲਾ ਫਿਰ ਤੂੰ ਸਾਨੂੰ ਆਪਣੀ ਔਲਾਦ ਬਣਾ ਲਾ ਇਸੇ ਤਰੀਕੇ ਦੇ ਨਾਲ ਅਸੀਂ ਬਚ ਸਕਾਂਗੇ ਹੋਰ ਸਾਡਾ ਬਚਣ ਦਾ ਕੋਈ ਤਰੀਕਾ ਔਰ ਇਸ ਕਰਕੇ ਜਿਸ ਲਈ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਦੁਆ ਕਰਨੀ ਸਿਖਾਈ ਤਾਂ ਉਸਨੇ ਇਹ ਨਹੀਂ ਕਿਹਾ हे ਸਵਰਗਾਂ ਦੇ ਵਿੱਚ ਰਹਿਣ ਵਾਲੇ ਪਰਮੇਸ਼ਰ ਤੇਰਾ ਨਾਮ ਪਵਿੱਤਰ ਮੰਨਿਆ ਜਾਏ। ਜਾਂ हे ਮਹਾਨ ਤਾਕਤਵਰ ਪਰਮੇਸ਼ਰ हे ਪਵਿੱਤਰ ਪਰਮੇਸ਼ਰ ਤੇਰਾ ਨਾਮ ਧੰਨ ਮੰਨਿਆ ਜਾਏ। ਉਸਨੇ ਕਿਹਾ हे ਬਾਪ। हे ਸਾਡੇ ਸਵਰਗੀ ਬਾਪ। ਉਸ ਇੱਕ ਤਿੰਨ ਅੱਖਰਾਂ ਦੇ ਨਾਲ ਉਸਨੇ موسی ਦੀ ਕੀਤੀ ਹੋਈ ਦੁਆ ਨੂੰ ਸੁਣ ਲਿਆ ਉਹ ਦੁਆ ਉਸ ਦਿਨ ਪੂਰੀ ਹੋਈ ਉਸ ਦਿਨ ਤੋਂ ਉਹ ਵਿਰਸਾ ਬਣ ਗਏ ਉਸ ਦਿਨ ਤੋਂ ਬਾਅਦ ਉਹ ਦੁਆ ਕਰਨ ਵਾਲਾ ਪ੍ਰਭੂ ਦਾ ਵਿਰਸਾ ਆ ਉਹ ਦੁਆ ਕਰਨ ਵਾਲਾ ਪ੍ਰਭੂ ਦੀ ਸੰਤਾਨ ਅਸੀਂ ਇਸ ਚੀਜ਼ ਨੂੰ ਦੇਖਦੇ ਲਗਾਤਾਰ ਦੇਖਦੇ ਜਾ ਰਹੇ ਹਾਂ ਕਿ ਜਿਹੜੇ ਭਾਰ ਤੇ ਜਿਹੜੇ ਸਾਡੀ ਜ਼ਿੰਦਗੀ ਦੇ ਬੋਝ ਆ ਔਰ ਬਹੁਤ ਸਾਰੇ ਬੋਝ ਆ ਜਿਨ੍ਹਾਂ ਦੇ ਵਿੱਚੋਂ ਸਿਰਫ ਅਸੀਂ ਪੰਜ ਪੱਖ ਲਾਇਏ ਸੀ ਸਾਡੇ ਮਨਾਂ ਦੇ ਬੋਝ ਸਾਡਿਆਂ ਵਿਚਾਰਾਂ ਦੇ ਬੋਝ ਸਾਡੇ ਸਰੀਰ ਦੇ ਬੋਝ ਸਾਡੀ ਆਤਮਾ ਦੇ ਬੋਝ ਸਾਡੇ ਸਮਾਜਿਕ ਬੋਝ ਸਾਡੀ ਭੈਣ ਦੀ ਬੇਟੀ ਦਾ ਵਿਆਹ ਆ ਰਿਹਾ ਇੱਕ ਘਰੇਲੂ ਚੀਜ਼ ਵੀ ਪਰ ਇੱਕ ਸਮਾਜਿਕ ਚੀਜ਼ ਵੀ ਆ ਪਰ ਇਸ ਵੇਲੇ ਸਾਰੀ ਦਿਮਾਗ ਦੀ ਦੌੜ ਉੱਥੇ ਚਲਦੀ ਪਈ ਹੈ ਇੱਕ ਜਿੱਦਾਂ ਘੋੜੇ ਚੱਕਰ ਦੇ ਵਿੱਚ ਨਹੀਂ ਦੌੜਦੇ ਹੁੰਦੇ ਉਹ ਰੇਸ ਉਹਦਾ ਹੀ ਚਲਦੀ ਪਈ ਹੈ ਸਮਾਜਿਕ ਬੋਝ ਔਰ ਇਹ ਜਿਨਨੇ ਵੀ ਬੋਝ ਆ ਉਹ ਕਹਿੰਦਾ ਕਿ हे ਪ੍ਰਭੂ ਪਰਬੂ ਨੇ ਦੇ ਕੋਲ ਜਿਸ ਲਈ ਉਹ ਲੈ ਕੇ ਆਇਆ ਤਾਂ ਪ੍ਰਭੂ ਨੇ ਇੱਕੋ ਚੀਜ਼ ਕਹੀ ਹੈ ਭਾਰ ਤੇ ਬੋਝ ਦੇ ਥਲੇ ਦੱਬੇ ਹੋਏ ਲੋਕੋ ਮੇਰੇ ਕੋਲ ਆਓ ਮੈਂ ਤੁਹਾਨੂੰ ਆਰਾਮ ਦਵਾਂਗਾ ਅੱਜ ਅਸੀਂ ਪ੍ਰਭੂ ਯਿਸੂ ਮਸੀਹ ਦੀ ਜ਼ਿੰਦਗੀ ਦੇ ਵਿੱਚ ਜਿਸ ਵੇਲੇ ਉਹ 33 33 ਸਾਲ ਸਾਡੇ ਵਿੱਚ ਰਹੇ ਆ ਸਾਢੇ 3 ਸਾਲ ਦੀ ਉਹਨਾਂ ਦੀ ਮਿਨਿਸਟਰੀ ਸੀਗੀ ਔਰ ਉਸ ਉਸ ਮਿਨਿਸਟਰੀ ਦਾ ਇਹ ਅਖੀਰਲੇ 6 ਮਹੀਨੇ ਆ ਜਿਹੜੀ ਯਹੂਨਾ ਦੀ ਪੋਥੀ ਆ ਇਹ ਮੋਸਟਲੀ ਪ੍ਰਭੂ ਯਿਸੂ ਮਸੀਹ ਦੀ ਮਿਨਿਸਟਰੀ ਦੇ ਅਖੀਰਲੇ ਸਾਢੇ ਤਿੰਨ ਸਾਲ ਆ ਜਿਹੜੀ ਉਹਦੀ ਮਿਨਿਸਟਰੀ ਦਾ ਸਮਾਂ ਸਾਨੂੰ ਸਿਰਫ ਯਹੂਨਾ ਦੇ ਵਿੱਚ ਉਹ ਹੀ ਦੱਸ ਦਿੱਤਾ ਗਿਆ ਦੱਸਿਆ ਗਿਆ ਦਿਖਾਇਆ ਗਿਆ ਔਰ ਇਹ ਉਹ ਮਿਨਿਸਟਰੀ ਦੇ ਅਖੀਰਲੇ ਸਾਲ ਆ ਜਦੋਂ ਪ੍ਰਭੂ ਯਿਸੂ ਸਾਡੇ ਵਿੱਚ ਆ ਔਰ ਉਹਦੇ ਵਿੱਚ ਅਸੀਂ ਹਮੇਸ਼ਾ ਇੱਕੋ ਚੀਜ਼ ਤੁਸੀਂ ਪੂਰੀ ਤੇ ਹੁੰਦੀ ਦੇਖੋਗੇ ਪ੍ਰਭੂ ਯਿਸੂ ਮਸੀਹ ਦੀ ਜ਼ਿੰਦਗੀ ਦੇ ਵਿੱਚ ਜਿਸ ਵੇਲੇ ਵੀ ਉਹਨਾਂ ਨੇ ਕੋਈ ਸਿੱਖਿਆ ਦਿੱਤੀ ਆ ਨਾ ਕਿਸੇ ਵੀ ਤਰ੍ਹਾਂ ਦੀ ਸਿੱਖਿਆ ਦਿੱਤੀ ਆ ਤੇ ਉਹ ਇਹ ਨਹੀਂ ਕਿ ਉਹਨਾਂ ਨੇ ਸਿੱਖਿਆ ਦੇ ਦਿੱਤੀ ਆ ਕੁਝ ਕਰਕੇ ਦਿਖਾਇਆ ਤਾਂ ਉਹਦਾ ਕੋਈ ਮਤਲਬ ਨਹੀਂ ਸੀਗਾ ਉਹ ਸਿਰਫ ਇਸ ਕਰਕੇ ਕਰਕੇ ਦਿਖਾਇਆ ਕਿ ਪ੍ਰਭੂ ਯਿਸੂ ਮਸੀਹ ਮਿਰਕਲ ਕਰ ਸਕਦੇ ਸੀਗੇ ਨੋ ਪ੍ਰਭੂ ਯਿਸੂ ਮਸੀਹ ਦੇ ਮਿਰਕਲ ਤੇ ਹਰੇਕ ਮਿਰਕਲ ਦੇ ਪਿੱਛੇ ਕੋਈ ਨਾ ਕੋਈ ਵੱਡਾ ਮਕਸਦ ਸੀਗਾ ਅਸੀਂ ਅੱਜ ਸ਼ੁਕਰਗੁਜ਼ਾਰੀ ਸੁਣੀ ਆ ਸਾਡੀ ਭੈਣ ਨੇ ਪ੍ਰਭੂ ਦੀ ਸ਼ੁਕਰਗੁਜ਼ਾਰੀ ਕੀਤੀ ਹੈ ਕਿ 20 ਸਾਲ ਦੀ ਜ਼ਿੰਦਗੀ ਦੇ ਵਿੱਚ ਪ੍ਰਭੂ ਸਾਨੂੰ ਪਤਾ ਨਹੀਂ ਕਿੱਦਾਂ ਦੀਆਂ ਕਿੱਦਾਂ ਦੀਆਂ ਰੁਕਾਵਟਾਂ ਦੇ ਵਿੱਚ ਕਿੱਦਾਂ ਦੇ ਗੰਦ ਦੇਆਂ ਟੋਇਆਂ ਦੇ ਵਿੱਚੋਂ ਦੀ ਕਿੱਦਾਂ ਦੇ ਪਹਾੜਾਂ ਦੇ ਵਿੱਚੋਂ ਦੀ ਸਾਨੂੰ ਕੱਢ ਕੇ ਲੈ ਕੇ ਆਇਆ ਔਰ ਸਾਨੂੰ ਸਮਝ ਨਹੀਂ ਆਉਂਦੀ ਵੀ ਪ੍ਰਭੂ ਨੇ ਕਿੱਦਾਂ ਕਰਦਾ ਪਿਆ ਕਿੱਦਾਂ ਲੈ ਕੇ ਆ ਨੰਗਦਾ ਪਿਆ ਬੋਝ ਚੁੱਕਣ ਵਾਲਾ ਪ੍ਰਭੂ ਅਸੀਂ ਕਹਿ ਸਕਦੇ ਹਾਂ ਕਿ ਸੱਚਮੁੱਚ ਸਾਡੇ ਬੋਝ ਚੁੱਕਣ ਵਾਲਾ ਪ੍ਰਭੂ ਆ ਇਸ ਤਰ੍ਹਾਂ ਉਹ ਲੈ ਕੇ ਗਿਆ ਇਸ ਤਰ੍ਹਾਂ ਉਹ ਲੈ ਕੇ ਨੰਗਦਾ ਪਿਆ ਉਹ ਬੋਝ ਚੁੱਕ ਕੇ ਲੈ ਕੇ ਨੰਗਦਾ ਪਿਆ ਸੋ ਜਿਸ ਵੇਲੇ ਅਸੀਂ ਪ੍ਰਭੂ ਦਾ ਅੱਜ ਇਹ ਵਚਨ ਦੇਖਾਂਗੇ ਅੱਜ ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਯਹੂਨਾ ਦਾ 6ਵਾਂ ਭਾਗ ਦੇਖਾਂਗੇ ਔਰ ਇੱਕ ਬਹੁਤ ਵੱਡਾ ਇੱਕ ਵੱਡਾ ਚੈਪਟਰ ਹੈ ਛੋਟਾ ਚੈਪਟਰ ਨਹੀਂਗਾ ਇਹਨਾਂ ਦੇ ਵਿੱਚੋਂ ਮੈਂ ਉਹ ਹੀ ਹਿੱਸੇ ਪੜ੍ਹਾਂਗਾ ਕੋਸ਼ਿਸ਼ ਕਰੂੰਗਾ ਉਹਨਾਂ ਹਿੱਸਿਆਂ ਦੇ ਵਿੱਚ ਰਹਿਣ ਦੀ ਜਿਨ੍ਹਾਂ ਦੇ ਵਿੱਚ ਦੀ ਅਸੀਂ ਜਿਨ੍ਹਾਂ ਦੇ ਵਿੱਚ ਦੀ ਅਸੀਂ ਅੱਜ ਦਾ ਵਚਨ ਦੇਖ ਸਕੀਏ ਔਰ ਦੇਖੋ ਪ੍ਰਭੂ ਯਿਸੂ ਮਸੀਹ ਇਸ ਦੇ ਵਿੱਚ ਇਸ ਦੇ ਵਿੱਚ ਪ੍ਰਭੂ ਯਿਸੂ ਮਸੀਹ ਨੇ ਮਿਰਕਲਸ ਕੀਤੇ ਆ ਇੱਕ ਮਿੰਟ ਮੈਂ ਆਪਣੇ ਗਲਾਸੇਸ ਲਾ ਲਮ ਔਰ ਸਭ ਤੋਂ ਪਹਿਲਾ ਜਿਹੜਾ ਪ੍ਰਭੂ ਮਿਰਕਲ ਕਰਦੇ ਪਏ ਆ ਉਹ ਲੋਕ ਭੁੱਖੇ ਆ ਪੇਟ ਦੇ ਭੁੱਖੇ ਆ ਔਰ ਉੱਥੇ ਉਹਨਾਂ ਦੇ ਕੋਲ ਆਏ ਆ ਔਰ ਵਚਨ ਦੇ ਵਿੱਚ ਲਿਖਿਆ ਕਿ ਇਸ ਦੇ ਪਿੱਛੇ ਯਿਸੂ ਗਲੀਲ ਦੀ ਝੀਲ ਦੇ ਅਰਥਾਤ ਤਿਬ੍ਰਿਆਸ ਦੀ ਝੀਲ ਦੇ ਦੂਜੇ ਪਾਰ ਚਲੇਗਾ ਇੱਕ ਵੱਡੀ ਭੀੜ ਉਹਨਾਂ ਦੇ ਪਿੱਛੇ ਗਈ ਅਤੇ ਕਿਉਂਕਿ ਭੀੜ ਦੇ ਲੋਕਾਂ ਨੇ ਯਿਸੂ ਦੇ ਉਹ ਸੰਕੇਤਕ ਚਿੰਨ ਦੇਖੇ ਸਨ ਜਿਹੜੇ ਉਹਨਾਂ ਨੇ ਬਿਮਾਰਾਂ ਤੇ ਕੀਤੇ ਸਨ ਯਿਸੂ ਇੱਕ ਪਹਾੜ ਦੇ ਉੱਤੇ ਚੜ੍ਹ ਗਏ ਅਤੇ ਉੱਥੇ ਉਹ ਚੇਲਿਆਂ ਦੇ ਨਾਲ ਬੈਠ ਗਏ ਯਹੂਦੀ ਲੋਕਾਂ ਦਾ ਪ੍ਰਸਾਦ ਦਾ ਤਿਹਾਰ ਲੱਗ ਗਿਆ ਸੀ ਯਿਸੂ ਨੇ ਆਪਣੀਆਂ ਅੱਖਾਂ ਉਤਾਹ ਚੁੱਕੀਆਂ ਅਤੇ ਇੱਕ ਵੱਡੀ ਭੀੜ ਨੂੰ ਆਪਣੇ ਵੱਲ ਆਉਂਦਿਆਂ ਦੇਖਿਆ ਉਹਨਾਂ ਨੇ ਫਿਲਿਪਸ ਨੂੰ ਕਿਹਾ ਅਸੀਂ ਇਹਨਾਂ ਨੂੰ ਭੋਜਨ ਕਰਵਾਉਣ ਦੇ ਲਈ ਕਿੱਥੋਂ ਮੋਲ ਲਈਏ ਇਹ ਉਹਨਾਂ ਨੇ ਫਿਲਿਪਸ ਨੂੰ ਪਰਖਣ ਵਾਸਤੇ ਕਿਹਾ ਸੀ ਕਿਉਂਕਿ ਉਹ ਪਹਿਲੇ ਹੀ ਜਾਣਦੇ ਸੀ ਕਿ ਉਹ ਕੀ ਕਰਨਗੇ ਫਿਲਿਪਸ ਨੇ ਉਹਨਾਂ ਨੂੰ ਉੱਤਰ ਦਿੱਤਾ ਇਹਨਾਂ ਸਾਰਿਆਂ ਨੂੰ ਥੋੜਾ ਥੋੜਾ ਭੋਜਨ ਵੀ ਮਿਲ ਸਕੇ 200 ਦਿਨਾਰ ਦੀਆਂ ਰੋਟੀਆਂ ਵੀ ਕਾਫੀ ਨਹੀਂ ਹੋਣਗੀਆਂ ਉਹਨਾਂ ਦੇ ਚੇਲਿਆਂ ਦੇ ਵਿੱਚੋਂ ਜਿਸ ਦਾ ਨਾਂ ਆਂਦਰੀਆ ਸੀ ਜੋ ਸ਼ਮਾਉਨ ਪਤਰਸ ਦਾ ਭਰਾ ਸੀ ਨੇ ਉਹਨਾਂ ਨੂੰ ਕਿਹਾ ਇੱਥੇ ਇੱਕ ਮੁੰਡਾ ਹੈ ਜਿਸ ਦੇ ਕੋਲ ਜਮ੍ਹਾਂ ਦੀਆਂ 5 ਰੋਟੀਆਂ ਅਤੇ 2 ਮੱਛੀਆਂ ਹਨ ਪਰ ਇੰਨੀਆਂ ਲੋਕਾਂ ਦੇ ਲਈ ਕੀ ਹਨ ਯਿਸੂ ਨੇ ਕਿਹਾ ਲੋਕਾਂ ਨੂੰ ਬਿਠਾਲ ਦਿਓ ਉਸ ਥਾਂ ਤੇ ਕਾਸ਼ ਬਹੁਤ ਸੀ ਉਹਨਾਂ ਨੇ ਲੋਕਾਂ ਦੀ ਗਿਣਤੀ ਕੋਈ 5000 ਸੀ ਬਿਠਾਲ ਦਿੱਤਾ ਇਸ ਦੇ ਪਿੱਛੋਂ ਯਿਸੂ ਨੇ ਰੋਟੀਆਂ ਲਈਆਂ ਪਰਮੇਸ਼ਵਰ ਦਾ ਉਹਨਾਂ ਦੇ ਲਈ ਧੰਨਵਾਦ ਕੀਤਾ ਅਤੇ ਬੈਠੇ ਹੋਏ ਲੋਕਾਂ ਨੂੰ ਵੰਡ ਦਿਤੀਆਂ ਇਸ ਤਰ੍ਹਾਂ ਮੱਛੀਆਂ ਵੀ ਜਿੰਨੀਆਂ ਉਹ ਚਾਹੁੰਦੇ ਸਨ ਜਦੋਂ ਸਾਰਿਆਂ ਨੇ ਰੱਜ ਕੇ ਖਾ ਲਿਆ ਤੇ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਬਚਿਆ ਹੋਇਆ ਟੁਕੜਿਆਂ ਨੂੰ ਇਕੱਠੇ ਕਰ ਲਓ ਤਾਂ ਜੋ ਕੁਝ ਵੀ ਨਾਸ਼ ਨਾ ਹੋਵੇ ਇਸ ਲਈ ਉਹਨਾਂ ਦੇ ਸਾਰੇ ਟੁਕੜੇ ਇਕੱਠੇ ਕੀਤੇ ਜਿਨ੍ਹਾਂ ਦੇ ਨਾਲ 12 ਟੋਕਰੇ ਭਰ ਗਏ ਇਹਨਾਂ ਸਭ ਪੰਜ ਜਵਾਂ ਦੀਆਂ ਰੋਟੀਆਂ ਦੇ ਵਿੱਚੋਂ ਲੋਕਾਂ ਦੇ ਖਾ ਚੁੱਕਣ ਪਿੱਛੋਂ ਬਚੇ ਸਨ ਲੋਕੀ ਉਸ ਸੰਕੇਤਕ ਚਿੰਨ੍ਹ ਨੂੰ ਜੋ ਯਿਸੂ ਨੇ ਦਿਖਾਇਆ ਸੀ ਵੇਖ ਕੇ ਬੋਲੇ ਸੱਚਮੁੱਚ ਇਹ ਉਹੀ ਨਬੀ ਹੈ ਜੋ ਸੰਸਾਰ ਦੇ ਵਿੱਚ ਆਉਣ ਵਾਲਾ ਸੀ ਫਿਰ ਯਿਸੂ ਇਹ ਜਾਣ ਕੇ ਕਿ ਲੋਕੀ ਉਹਨਾਂ ਨੂੰ ਆ ਕੇ ਜ਼ਬਰਦਸਤੀ ਫੜ ਕੇ ਰਾਜਾ ਬਣਾਉਣਾ ਚਾਹੁੰਦੇ ਹਨ ਪਹਾੜ ਦੇ ਉੱਤੇ ਇਕਾਂਤ ਦੇ ਇਕਾਂਤ ਦੇ ਵਿੱਚ ਚਲੇ ਗਏ ਦੇਖੋ ਵਚਨ ਦੇ ਵਿੱਚ ਕੀ ਹੋ ਰਿਹਾ ਤੁਸੀਂ ਇਹ ਸੋਚ ਲਓ ਕਿ ਬਸਾਖੀ ਦਾ ਤਿਹਾਰਾ ਔਰ ਬਸਾਖੀ ਦਾ ਤਿਹਾਰ ਆ ਔਰ ਸਾਰੇ ਜਿੱਥੇ-ਜਿੱਥੇ ਵੀ ਯਹੂਦੀ ਬਸਿਓ ਆ ਉਹ ਤਿਹਾਰ ਮਨਾਉਣ ਦੇ ਲਈ ਜਰੂਸਲਮ ਦੇ ਵਿੱਚ ਇਕੱਠੇ ਹੋਇਓ ਆ ਇਹ ਤਿਹਾਰ ਉਹ ਮਨਾਇਆ ਜਾਂਦਾ ਸੀਗਾ ਜਿਸ ਵੇਲੇ ਪ੍ਰਭੂ ਉਹਨਾਂ ਨੂੰ ਸਮੁੰਦਰ چیر ਕੇ ਲੈ ਕੇ ਆਇਆ ਸੀ ਜਿੱਦਾਂ ਹਿੰਦੁਸਤਾਨ ਦੇ ਵਿੱਚ ਬਸਾਖੀ ਦਾ ਤਿਹਾਰ ਮਨਾਇਆ ਜਾਂਦਾ ਉਸੇ ਤਰ੍ਹਾਂ ਯਹੂਦੀਆਂ ਦੇ ਵਿੱਚ ਇਹ ਤਿਹਾਰ ਮਨਾਇਆ ਜਾਂਦਾ ਸੀ ਕਿ ਜਿਸ ਦਿਨ ਪ੍ਰਭੂ ਇਹਨਾਂ ਨੂੰ ਸਮੁੰਦਰ چیر ਕੇ ਕੱਢ ਕੇ ਪਾੜ ਕੇ ਲੈ ਕੇ ਆਇਆ ਸੀ ਬੜਾ ਵੱਡਾ ਤਿਹਾਰ ਸੀ ਔਰ ਪ੍ਰਭੂ ਯਿਸੂ ਦੇ ਸੰਕੇਤਕ ਚਿੰਨਾਂ ਦੇ ਬਾਰੇ ਸੁਣ ਕੇ ਕਿ ਸੱਚਮੁੱਚ ਔਰ ਲੋਕਾਂ ਦੇ ਵਿੱਚ ਇੱਕ ਆਨੰਦ ਉਸੇ ਚੱਲਦੀ ਪਈ ਸੀ ਕਿ ਜਿਸ ਦਾ ਇੰਤਜ਼ਾਰ ਹੋ ਰਿਹਾ ਉਹ ਆ ਗਿਆ ਆ। ਕਈ ਤਾਂ ਸਿਰਫ ਉਸ ਨੂੰ ਦੇਖਣ ਦੇ ਲਈ। ਕਈਆਂ ਦੇ ਨਾਲ ਵੱਡੇ ਵੱਡੇ ਸੰਕੇਤਕ ਚਿੰਨ ਹੋ ਰਹੇ ਆ। ਕਈਆਂ ਦੇ ਬਿਮਾਰ ਠੀਕ ਹੋ ਰਹੇ ਆ। ਕਈਆਂ ਦੇ ਕਈਆਂ ਦੇ ਕਈਆਂ ਦੀ ਜ਼ਿੰਦਗੀ ਦੇ ਵਿੱਚ ਕਈਆਂ ਨੇ ਪ੍ਰਭੂ ਯਿਸੂ ਮਸੀਹ ਦੇ ਵਚਨ ਸੁਣਿਆ ਆ। ਲੋਕ ਇਕੱਠੇ ਹੋ ਰਹੇ ਆ। ਇਹ ਸਭ ਕੁਝ ਜਿਸ ਵੇਲੇ ਹੋ ਰਿਹਾ ਇਹ ਸਾਰੀਆਂ ਚੀਜ਼ਾਂ ਜਿਸ ਵੇਲੇ ਹੋ ਰਹੀਆਂ ਤੇ ਜਿਸ ਵੇਲੇ ਪ੍ਰਭੂ ਯਿਸੂ ਮਸੀਹ ਉੱਥੋਂ ਉੱਠ ਕੇ ਪਹਾੜੀ ਦੇ ਉੱਤੇ ਗਏ ਆ ਤੇ ਉਹਨਾਂ ਨੇ ਦੇਖਿਆ ਕਿ ਲੋਕ ਲੋਕਾਂ ਦਾ ਆਲੇ ਦੁਆਲੇ ਇੱਜੜ ਇਕੱਠਾ ਹੋਇਆ ਆ ਅਬਾਊਟ 5000 ਦੀ ਗਿਣਤੀ ਦੇ ਵਿੱਚ ਲੋਕ ਉੱਥੇ ਇਕੱਠੇ ਹੋਏ ਹੋਏ ਆ ਪੇਟ ਦੇ ਭੁੱਖੇ ਆ ਹੁਣ ਤੁਸੀਂ ਦੇਖੋ ਪਰਬੂ ਯਿਸੂ ਮਸੀਹ ਇੱਕ ਚੀਜ਼ ਦੇ ਨਾਲ ਕਿੰਨੇ ਕੰਮ ਕਰਦੇ ਪਏ ਪ੍ਰਭੂ ਯਿਸੂ ਮਸੀਹ ਕਿ ਪ੍ਰਭੂ ਯਿਸੂ ਮਸੀਹ ਤੇ ਜਿਹੜੇ ਮਿਰਕਲ ਸਾਰਿਆਂ ਦੇ ਪਿੱਛੇ ਇੱਕ ਮੀਨਿੰਗ ਆ ਇੱਕ ਮਕਸਦ ਹੁੰਦਾ ਉਸਦੇ ਸਭ ਤੋਂ ਪਹਿਲਾ ਜਿਹੜਾ ਮਕਸਦ ਉੱਪਰਪਰ ਹੋ ਰਿਹਾ ਉਹ ਹੈ ਸਭ ਤੋਂ ਜ਼ਿਆਦਾ ਫਿਕਰ ਰੱਖਣ ਵਾਲਾ ਬੰਦਾ ਉਹਨਾਂ ਚ ਫਿਲਪਸ ਸੀਗਾ ਹਾਲੇ ਤੱਕ ਹਾਲੇ ਤੱਕ ਕੋਈ ਦੁਨੀਆ ਦਾ ਜਿਹੜਾ ਕੰਮ ਖਰਾਬ ਹਾਲੇ ਹੋਇਆ ਹੀ ਨਹੀਂ ਹੁੰਦਾ ਸੀਗਾ ਉਹ ਉਸ ਦਾ ਉਸ ਦਾ ਸਾਰੇ ਦਾ ਸਾਰਾ ਫਿਕਰ ਫਿਲਿਪਸ ਨੂੰ ਪਹਿਲਾਂ ਹੀ ਪੈ ਜਾਂਦਾ ਸੀਗਾ ਬਚਨ ਦੇ ਵਿੱਚ ਬਾਰ ਬਾਰ ਤੁਸੀਂ ਇਸ ਦੇ ਬਾਰੇ ਪੜ੍ਹਦੇ ਆ ਫਿਲਿਪਸ ਨੂੰ ਉਹ ਪੁੱਛਦੇ ਪਏ ਆ ਫਿਲਿਪਸ ਫਿਰ ਇਹਨਾਂ ਨੂੰ ਕਿੱਥੋਂ ਖੜਾਈਏ ਉਹ ਕਹਿੰਦਾ ਭਈ ਇਹਨਾਂ ਨੂੰ ਤਾਂ ਇੰਨੀਆਂ ਲੋਕਾਂ ਨੂੰ ਤਾਂ ਖੜਾਇਆ ਨਹੀਂ ਜਾ ਸਕਦਾ 200 ਦਿਨਾਰ ਦੀਆਂ ਰੋਟੀਆਂ ਕੁਝ ਵੀ ਨਹੀਂ ਹੋਣਗੀਆਂ ਫਿਰ ਕੀ ਕਿ ਉਹਨਾਂ ਕੋਲ 200 ਦਿਨਾਰ ਸੀ ਵਿਚਾਰੇ ਕੋਲ 200 ਦਿਨਾਰ ਦੀਆਂ ਰੋਟੀਆਂ ਕੁਝ ਨਹੀਂ ਹੋਣਗੀਆਂ ਹੋਰ ਇੱਥੇ ਕੀ ਆ ਇੱਥੇ ਇੱਕ ਮੁੰਡਾ ਉਸਦੇ ਕੋਲ ਪੰਜ ਜਮਾਂ ਦੀਆਂ ਰੋਟੀਆਂ ਤੇ ਦੋ ਮੱਛੀਆਂ ਉਹਨਾਂ ਦਾ ਵੀ ਕੀ ਹੋਏਗਾ ਪ੍ਰਭੂ ਨੇ ਉਹ ਰੋਟੀਆਂ ਲਈਆਂ ਸ਼ੁਕਰ ਕੀਤਾ ਔਰ ਜਿਹੜੇ ਲੋਕ ਬੈਠੇ ਸੀਗੇ ਉਹਨਾਂ ਨੂੰ ਖਲਾਈਆਂ ਉਸ ਤੋਂ ਬਾਅਦ ਅਸੀਂ ਵਚਨ ਚ ਦੇਖਦੇ ਪਏ ਆ ਕਿ ਸਵਰਗੀ ਰੋਟੀਆਂ ਜਿਹੜੀਆਂ ਆਈਆਂ ਉਹਨਾਂ ਦੇ ਨਾਲ 12 ਟੋਕਰੇ ਉਹਨਾਂ ਦੇ ਕੋਲ ਭਰੇ ਪਏ ਆ 12 ਟੋਕਰੇ ਰੋਟੀਆਂ ਦੇ ਨਾਲ ਭਰੇ ਪਏ ਆ ਮੱਛੀਆਂ ਦੇ ਨਾਲ ਉਹਨਾਂ ਦੇ ਕੋਲ ਕੋਲ ਭਰੇ ਪਏ ਆ ਟੋਕਰੇ ਭਰੇ ਪਏ ਆ ਲੇਕਿਨ ਜਿਸ ਵੇਲੇ ਅਸੀਂ ਹੁਣੋ ਇਸ ਵੇਲੇ ਜਿਹੜਾ ਪ੍ਰਭੂ ਦਾ ਜਿਹੜਾ ਸਾਰੇ ਦਾ ਸਾਰਾ ਕੰਮ ਆ ਉਹ ਆਪਣੇ ਚੇਲਿਆਂ ਦੇ ਉੱਤੇ ਚੱਲਦਾ ਪਿਆ ਲੋਕ ਜ਼ਬਰਦਸਤੀ ਉਹਨਾਂ ਨੂੰ ਫੜ ਕੇ ਰਾਜਾ ਬਣਾਉਣਾ ਮੰਗਦੇ ਆ ਪ੍ਰਭੂ ਯਿਸੂ ਮਸੀਹ ਉੱਥੋਂ ਇਕਾਂਤ ਦੇ ਵਿੱਚ ਚਲੇ ਗਏ ਆ ਔਰ ਜਿਸ ਵੇਲੇ ਅਸੀਂ ਅੱਗੇ ਆਉਨੇ ਆ 16ਵੀਂ ਆਇਤ ਦੇ ਵਿੱਚ ਆਉਨੇ ਆ ਤਾਂ ਵਚਨ ਦੇ ਵਿੱਚ ਅਸੀਂ ਦੇਖਦੇ ਆ ਕਿ ਪ੍ਰਭੂ ਨੇ ਜਿਸਲੇ ਤਰਕਾਲਾਂ ਪੈ ਗਈਆਂ ਜਦੋਂ ਤਰਕਾਲਾਂ ਪੈ ਗਈਆਂ ਤਾਂ ਯਸੂ ਦੇ ਚੇਲੇ ਢੀਲ ਦੇ ਕੰਢੇ ਉੱਤੇ ਗਏ ਉਹ ਬੇੜੀ ਦੇ ਵਿੱਚ ਬੈਠ ਕੇ ਢੀਲ ਦੇ ਦੂਜੇ ਪਾਸੇ ਕਫਰਾ ਨਹੋਮ ਨੂੰ ਚਲੇ ਗਏ ਹਨੇਰਾ ਹੋ ਚੁੱਕਿਆ ਸੀ ਪਰ ਯਸੂ ਅਜੇ ਤੱਕ ਉਹਨਾਂ ਦੇ ਕੋਲ ਨਹੀਂ ਆਏ ਸਨ ਦੂਜੇ ਪਾਸੇ ਤੇਜ਼ ਹਨੇਰੀ ਚੱਲ ਪਈ ਅਤੇ ਢੀਲ ਦੇ ਵਿੱਚ ਲਹਿਰਾਂ ਉੱਠਣ ਲੱਗੀਆਂ ਚੇਲੇ ਇਸ ਸਮੇਂ ਤੱਕ ਕੋਈ 5 ਕਿਲੋਮੀਟਰ ਢੀਲ ਦੇ ਵਿੱਚ ਜਾ ਚੁੱਕੇ ਸਨ ਉਹਨਾਂ ਨੇ ਯਸੂ ਨੂੰ ਪਾਣੀ ਦੇ ਉੱਤੇ ਚੱਲਦੇ ਅਤੇ ਬੇੜੀ ਦੇ ਲਾਗੇ ਆਉਂਦਿਆਂ ਦੇਖਿਆ ਉਹ ਹੈਪੀਤ ਹੋ ਗਏ ਪਰ ਯਸੂ ਨੇ ਉਹਨਾਂ ਨੂੰ ਕਿਹਾ ਡਰੋ ਨਹੀਂ ਮੈਂ ਹਾਂ ਉਹ ਯਸੂ ਨੂੰ ਯਸੂ ਨੂੰ ਬੇੜੀ ਦੇ ਵਿੱਚ ਚੜਾਉਣ ਦੇ ਲਈ ਉਤਾਵਲੇ ਹੋ ਗਏ ਇਸ ਦੇ ਪਿੱਛੋਂ ਬੇੜੀ ਛੇਤੀ ਹੀ ਉਸ ਥਾਂ ਤੋਂ ਉੱਥੇ ਪਹੁੰਚ ਗਈ ਜਿੱਥੇ ਉਹ ਜਾਣਾ ਚਾਹੁੰਦੇ ਸਨ ਦੋ ਮੈਰਾ ਕਲ ਉਹਨਾਂ ਦੇ ਨਾਲ ਚੇਲਿਆਂ ਦੇ ਨਾਲ ਹੋਰ ਹੋਏ ਰਉ ਯਸੂ مسیਹ ਨੂੰ ਇਹ ਨਹੀਂ ਕਿ 5000 ਬੰਦਾ ਮੇਰੇ ਪਿੱਛੇ ਲੱਗ ਜਾਏ ਜਿਹੜੇ 12 ਨੇ ਉਹ ਸੁਬਹ ਸਮਾਚਾਰ ਦੁਨੀਆ ਦੇਆਂ ਕੋਨਿਆਂ ਤੱਕ ਲੈ ਕੇ ਜਾਣਾ ਉਹਨਾਂ ਦਾ ਸਾਰੇ ਦਾ ਸਾਰਾ ਧਿਆਨ ਉਹਨਾਂ ਤੇ ਆ ਅਗਰ ਮੇਰੇ ਵਰਗਾ ਉੱਥੇ ਕੋਈ ਫਕੀਰ ਹੁੰਦਾ ਯਸੂ ਦੀ ਜਗ੍ਹਾ ਤੇ ਤਾਂ ਉਹਦੇ ਧਿਆਨ ਇਹੋ ਹੀ ਹੁੰਦਾ ਕਿ ਅੱਛਾ 12 ਤਾਂ ਬਣ ਗਏ ਲੱਗੇ ਤੇ ਆ ਇਹ 5000 ਹੁਣ ਇਹਨਾਂ ਨੂੰ 10000 ਚ ਮੈਂ ਕਿਦਾਂ ਬਦਲਾਂ ਤੇ ਉੱਥੇ ਮੈਂ ਆਪਣਾ ਸਥਾਨ ਬਣਾ ਲੈਣਾ ਸੀ ਕਿ ਇੱਥੋਂ ਸਵਰਗਤੀ ਰੋਟੀਆਂ ਉਤਰਦੀਆਂ ਤੇ ਹੋਰ ਲੋਕਾਂ ਨੂੰ ਇੱਥੇ ਲੈ ਕੇ ਆਉ। ਨੋ ਉਹਨਾਂ ਦਾ ਧਿਆਨ ਉਹਨਾਂ ਦੁਆਰਾਂ ਦੇ ਉੱਤੇ ਲੱਗਾ ਆ। ਔਰ ਤੁਸੀਂ ਅਗਲੇ ਦੋ ਮਿਰਕਲ ਅਸੀਂ ਪ੍ਰਭੂ ਯਿਸੂ ਦੇ ਹੁੰਦੇ ਦੇਖਦੇ ਆਂ। ਅੱਜ 2000 ਸਾਲ ਬਾਅਦ ਵੀ ਅਸੀਂ ਪ੍ਰਭੂ ਯਿਸੂ ਦਾ ਨਾਮ ਇੱਥੇ ਲੈ ਬੈਠੇ ਲੈਣੇ ਪਏ ਆ ਉਹਦਾ ਇੱਕ ਕਾਰਨ ਆ। ਇਸ ਫਰਮ ਗਾੜੇ ਪ੍ਰਭੂ ਦੇ ਵੱਲੋਂ ਆ ਪਰਮੇਸ਼ਰ ਦੇ ਵੱਲੋਂ ਆ ਜਿਹੜੀ ਚੀਜ਼ ਅਸੀਂ ਦੇਖਦੇ ਪਏ ਆ ਚੇਲਿਆਂ ਦੇ ਕੋਲ ਪਾਣੀ ਦੇ ਉੱਤੇ ਚੱਲ ਕੇ ਉ ਜਾਉਂਦੇ ਪਏ ਉਹ ਇਹ ਹੀ ਉਹਨਾਂ ਨੂੰ ਦਿਖਾਉਂਦੇ ਕਹੇ ਕਿ ਦੇਖ ਇਹ ਸਾਰੀ ਕਾਇਨਾਤ ਦੇ ਉੱਤੇ ਮੇਰਾ ਮੇਰਾ ਹੁਕਮ ਹੈ ਇਹ ਮੇਰਾ ਹੁਕਮ ਮੰਨਤੀਆਂ ਪਈਆਂ ਤੂੰ ਕੌਣ ਆ ਇਹ ਕੌਣ ਆ ਉਸਨੇ ਕਿਹਾ ਮੈਂ ਹਾਂ ਆਈ ਐਮ ਉਹ ਹੀ ਸ਼ਬਦ ਯੂਜ਼ ਕੀਤਾ ਜਿਸ ਵੇਲੇ موسی ਨੇ ਪ੍ਰਭੂ ਦਾ ਨਾਮ ਪੁੱਛਿਆ ਸੀ ਤੇਰਾ ਨਾਮ ਕੀ ਆ ਮੈਂ ਕਿਹੜਾ ਨਾਂ ਲੈ ਕੇ ਜਾਵਾਂ ਅਜ਼ਰਾਲੀਆਂ ਦੇ ਕੋਲ ਮੈਨੂੰ ਕਿਹਨੇ ਕੱਲਿਆ ਉਸਨੇ ਕਿਹਾ ਉਸਨੂੰ ਦੱਸਦੇ ਕਿ ਮੈਂ ਹਾਂ ਜੋ ਮੈਂ ਹਾਂ ਉਹੀ ਪ੍ਰਭੂ ਯਿਸੂ ਆਪਣਾ ਕਹਿੰਦੇ ਪਿਆ ਕਿ ਡਰੋ ਨਹੀਂ ਮੈਂ ਹਾਂ ਮੈਂ ਹੋਵਾਂ ਅਗਲੇ ਦਿਨ ਮੈਨੂੰ ਪਤਾ ਮੈਂ ਥੋੜੀ ਤੇਜ਼ੀ ਦੇ ਨਾਲ ਲੰਘਦਾ ਪਿਆ ਮੈਂ ਉਸ ਪੁਆਇੰਟ ਤੇ ਪਹੁੰਚਣਾ ਮੰਗਦਾ ਜਿਹੜਾ ਅਸੀਂ ਅੱਜ ਦੇਖਣ ਜਾ ਰਹੇ ਹਾਂ ਅਗਲੇ ਦਿਨ ਝੀਲ ਦੇ ਦੂਜੇ ਪਾਸੇ ਖੜੀ ਭੀੜ ਨੇ ਦੇਖਿਆ ਕਿ ਉੱਥੇ 베ੜੀ ਨੂੰ ਛੱਡ ਕੇ ਕੋਈ ਹੋਰ 베ੜੀ ਨਹੀਂ ਹੈ ਉਹ ਜਾਣਦੇ ਸਨ ਕਿ ਯਿਸੂ 베ੜੀ ਦੇ ਵਿੱਚ ਨਹੀਂ ਚੜੇ ਸਨ ਕੇਵਲ ਉਹਨਾਂ ਦੇ ਚੇਲੇ ਹੀ ਉੱਥੋਂ ਗਏ ਸਨ ਪਰ ਤਿਬਰੀਆਸ ਤੋਂ ਕੁਝ ਦੂਜੀਆਂ ਦੂਜੀਆਂ 베ੜੀਆਂ ਉਸ ਥਾਂ ਦੇ ਨੇੜੇ ਆ ਗਈਆਂ ਜਿੱਥੇ ਲੋਕਾਂ ਨੇ ਪ੍ਰਭੂ ਦੇ ਧੰਨਵਾਦ ਕਰਨ ਦੇ ਪਿੱਛੋਂ ਭੋਜਨ ਕੀਤਾ ਸੀ ਜਦੋਂ ਲੋਕਾਂ ਨੇ ਦੇਖਿਆ ਕਿ ਉੱਥੇ ਨਾ ਯਿਸੂ ਨਾ ਹੀ ਉਹਨਾਂ ਦੇ ਚੇਲੇ ਹਨ ਬੇੜੀਆਂ ਦੇ ਵਿੱਚ ਬੈਠ ਕੇ ਯਿਸੂ ਨੂੰ ਲੱਭਣ ਦੇ ਲਈ ਕਫਰਾਨਾਹੋਮ ਦੇ ਵਿੱਚ ਚਲੇ ਗਏ ਸੋ ਉਹ ਉੱਥੇ ਯਿਸੂ ਨੂੰ ਲੱਭਦੇ ਰਹੇ ਕਿਉਂ ਕਿ ਉਹਨਾਂ ਦਾ ਢਿੱਡ ਭਰਿਆ ਸੀ ਉਹਨਾਂ ਨੂੰ ਰੋਟੀਆਂ ਮੀਡੀਆਂ ਸੀ ਜਦੋਂ ਯੇਸੂ ਲੋਕਾਂ ਨੂੰ ਝੀਲ ਦੇ ਪਾਰ ਮਿਲ ਗਏ ਤਾਂ ਲੋਕਾਂ ਨੇ ਯੇਸੂ ਤੋਂ ਪੁੱਛਿਆ ਗੁਰੂ ਜੀ ਤੁਸੀਂ ਇੱਥੇ ਕਦੋਂ ਆਏ ਹੋ ਯੇਸੂ ਨੇ ਉੱਤਰ ਦਿੱਤਾ ਹੈ ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ ਕਿ ਤੁਸੀਂ ਮੈਨੂੰ ਇਸ ਲਈ ਨਹੀਂ ਲੱਭ ਰਹੇ ਹੋ ਕਿ ਤੁਸੀਂ ਸੰਕੇਤਕ ਚਿੰਨ ਦੇਖੇ ਹਨ ਸਗੋਂ ਇਸ ਲਈ ਕਿ ਤੁਹਾਨੂੰ ਖਾਣ ਦੇ ਲਈ ਰੋਟੀਆਂ ਮਿਲੀਆਂ ਹਨ ਅਤੇ ਤੁਸੀਂ ਪੇਟ ਭਰ ਕੇ ਖਾਧਾ ਹੈ ਨਾਸ਼ਵਾਨ ਭੋਜਨ ਦੇ ਲਈ ਮਿਹਨਤ ਨਾ ਕਰੋ ਪਰ ਉਸ ਭੋਜਨ ਦੇ ਲਈ ਮਿਹਨਤ ਕਰੋ ਜੋ ਅਨੰਤ ਜੀਵਨ ਤੱਕ ਰਹਿੰਦਾ ਹੈ ਉਹ ਭੋਜਨ ਮਨੁੱਖ ਦਾ ਪੁੱਤਰ ਤੁਹਾਨੂੰ ਦੇਵੇਗਾ ਕਿਉਂਕਿ ਉਸ ਉੱਤੇ ਪਿਤਾ ਉਸ ਉੱਤੇ ਪਿਤਾ ਪਰਮੇਸ਼ਰ ਨੇ ਆਪਣੀ ਮੋਹਰ ਲਾਈ ਹੈ ਉਹਨਾਂ ਨੇ ਯਿਸੂ ਤੋਂ ਪੁੱਛਿਆ ਪਰਮੇਸ਼ਰ ਦੇ ਕੰਮ ਵਾ ਕਰਨ ਵਾਸਤੇ ਅਸੀਂ ਕੀ ਕਰੀਏ ਯੇਸੂ ਨੇ ਉੱਤਰ ਦਿੱਤਾ ਪਰਮੇਸ਼ਰ ਦਾ ਕੰਮ ਇਹ ਹੈ ਜਿਸ ਨੂੰ ਉਸਨੇ ਕੱਲਿਆ ਹੈ ਉਸ ਉੱਤੇ ਵਿਸ਼ਵਾਸ ਕਰੋ ਉਹਨਾਂ ਨੇ ਯੇਸੂ ਨੂੰ ਕਿਹਾ ਤੂੰ ਕਿਹੜਾ ਤੂੰ ਕਿਹੜਾ ਸੰਕੇਤਕ ਚਿੰਨ ਦਿਖਾ ਤੁਸੀਂ ਕਿਹੜਾ ਸੰਕੇਤਕ ਚਿੰਨ ਦਿਖਾਉਂਦੇ ਹੋ ਜਿਸ ਨੂੰ ਦੇਖ ਕੇ ਅਸੀਂ ਤੁਹਾਡੇ ਉੱਤੇ ਵਿਸ਼ਵਾਸ ਕਰੀਏ ਤੁਸੀਂ ਕਿਹੜਾ ਕੰਮ ਕਰੋ ਪਰਵੋ ਯੇਸੂ ਨੇ ਬਿਲਕੁਲ ਠੀਕ ਕਿਹਾ ਸੀ ਨਾ ਕਿ ਤੁਸੀਂ ਇਸ ਕਰਕੇ ਨਹੀਂ ਇੱਥੇ ਆਏ ਕਿ ਤੁਸੀਂ ਸੰਕੇਤਕ ਚਿੰਨ ਦੇਖੇ ਤੁਸੀਂ ਇਸ ਕਰਕੇ ਆਏ ਕਿ ਤੁਸੀਂ ਢਿੱਡ ਭਰ ਕੇ ਰੋਟੀਆਂ ਖਾਦੀਆਂ ਭੁੱਲ ਗਏ ਨਾ ਹਾਲੇ ਤੱਕ ਉਹਨਾਂ ਰੋਟੀਆਂ ਦੇ ਟੁਕੜਾ ਆਉਂਦੇ ਪਏ ਇਹਨਾਂ ਨੂੰ ਜਿਹੜੀਆਂ ਖਾਦੀਆਂ ਆ ਭੁੱਲ ਵੀ ਗਏ ਇਹ ਹੈ ਇਹ ਸਿਰਫ ਉਹਨਾਂ ਦੀ ਹਾਲਤ ਨਹੀਂਗੀ ਇਹ ਸਾਡੀ ਹਾਲਤ ਵੀ ਆ ਲekin आओ ਅੱਗੇ ਇਸ ਨੂੰ ਦੇਖੀਏ ਬਚਨ ਤੁਸੀਂ ਕਿਹੜਾ ਕੰਮ ਕਰੋਗੇ ਸਾਡੇ ਪੁਰਖਿਆਂ ਨੇ ਉਜਾੜ ਦੇ ਵਿੱਚ ਮੰਨਾ ਖਾਦਾ ਸੀ ਜਿਸ ਤਰ੍ਹਾਂ ਧਰਮ ਗ੍ਰੰਥ ਦੇ ਵਿੱਚ ਲਿਖਿਆ ਹੋਇਆ ਹੈ ਉਹਨਾਂ ਨੇ ਉਹਨਾਂ ਨੂੰ ਖਾਣ ਦੇ ਲਈ ਸਵਰਗ ਦੇ ਵਿੱਚੋਂ ਰੋਟੀ ਦਿੱਤੀ ਯਿਸੂ ਨੇ ਉੱਤਰ ਦਿੱਤਾ ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ ਕਿ ਮੂਸਾ ਨੇ ਤੁਹਾਨੂੰ ਰੋਟੀ ਦਿੱਤੀ ਸੀ ਉਹ ਸਵਰਗੀ ਰੋਟੀ ਨਹੀਂ ਸੀ ਸਗੋਂ ਮੇਰੇ ਪਿਤਾ ਨੇ ਅਸਲੀ ਰੋਟੀ ਤੁਹਾਨੂੰ ਸਗੋਂ ਮੇਰਾ ਪਿਤਾ ਅਸਲੀ ਰੋਟੀ ਤੁਹਾਨੂੰ ਦਿੰਦਾ ਹੈ ਪਰਮੇਸ਼ਰ ਦੀ ਰੋਟੀ ਉਹ ਹੈ ਜੋ ਸਵਰਗ ਤੋਂ ਉੱਤਰ ਕੇ ਸੰਸਾਰ ਨੂੰ ਜੀਵਨ ਦਿੰਦਾ ਹੈ ਉਸ ਨੇ ਉਹਨਾਂ ਨੇ ਯਿਸੂ ਨੂੰ ਕਿਹਾ ਸ਼੍ਰੀਮਾਨ ਜੀ ਇਹ ਰੋਟੀ ਸਾਨੂੰ ਨਿਤ ਦਿਆ ਕਰੋ ਯਿਸੂ ਨੇ ਉਹਨਾਂ ਨੂੰ ਕਿਹਾ ਜੀਵਨ ਦੀ ਰੋਟੀ ਮੈਂ ਹੀ ਹਾਂ ਜੋ ਕੋਈ ਮੇਰੇ ਕੋਲ ਆਉਂਦਾ ਹੈ ਉਹ ਕਦੀ ਭੁੱਖਾ ਨਾ ਹੋਵੇਗਾ ਜੋ ਕੋਈ ਮੇਰੇ ਉੱਤੇ ਵਿਸ਼ਵਾਸ ਕਰਦਾ ਹੈ ਕਦੀ ਧਿਆਆ ਨਹੀਂ let me stop here ਮੈਂ ਤਾਂ ਕੋਈ ਇੱਥੇ ਮੈਂ ਕੁਝ ਕਹਿਣਾ ਮੰਗਦਾ ਔਰ ਬੀ ਕੇਅਰਫੁਲ ਇਸ ਚੀਜ਼ ਦੇ ਲਈ ਬੜਾ ਧਿਆਨ ਰੱਖਿਓ ਪ੍ਰਭੂ ਨੇ ਆਪਣਾ ਨੇਮ موسی ਦੇ ਰਾਹੀਂ ਇਸ ਕਰਕੇ ਦਿੱਤਾ ਸੀ ਕਿਉਂਕਿ ਬਜ਼ੁਰਗਾ ਨੇ ਕਿਹਾ ਸੀ ਕਿ ਜਾ ਤੂੰ ਜਾ ਕੇ ਉਸ ਦੇ ਕੋਲੋਂ ਨੇਮ ਲੈ ਕੇ ਆ ਜੋ ਪ੍ਰਭੂ ਕਹੇਗਾ ਅਸੀਂ ਮੰਨਾਂਗੇ ਪ੍ਰਭੂ ਨੇ ਕਿਹਾ ਕਿ ਅੱਛਾ ਤੂੰ ਆ ਮੈਂ ਤੈਨੂੰ ਨੇਮ ਦਵਾਂ 10 ਚੀਜ਼ਾਂ ਫੱਟੀਆਂ ਦੇ ਉੱਤੇ ਲਿਖਣ ਦੇ ਲਈ 40 ਦਿਨਾਂ ਤੇ 40 ਰਾਤਾਂ ਦੀ ਜ਼ਰੂਰਤ ਨਹੀਂ ਸੀ। इवन ਆ ਮੰਦਰ ਦੀਆਂ ਸਾਰੀਆਂ ਚੀਜ਼ਾਂ ਬਣਾਉਣ ਦੇ ਦੱਸਣ ਦੇ ਲਈ ਵੀ 40 ਦਿਨ ਤੇ 40 ਰਾਤਾਂ ਦੀ ਜ਼ਰੂਰਤ ਨਹੀਂ ਸੀ। ਅਗਰ ਪ੍ਰਭੂ ਮੂਸਾ ਦੇ ਸਿਰ ਦੇ ਉੱਤੇ ਆਪਣਾ ਮਾੜਾ ਜਾਂ ਹੱਥ ਵੀ ਰੱਖ ਦਿੰਦਾ ਤਾਂ ਸਾਰਾ ਨਕਸ਼ਾ ਉਹਦੇ ਸਿਰ ਦੇ ਵਿੱਚ ਆ ਜਾਣਾ ਸੀ। ਪਰਬੂ ਨੇ 40 ਦਿਨ ਔਰ 40 ਰਾਤਾਂ ਮੂਸਾ ਨੂੰ ਆਪਣੀ ਹਜ਼ੂਰੀ ਦੇ ਵਿੱਚ ਇਸ ਕਰਕੇ ਰੱਖਿਆ ਕਿ ਉਹ ਪਰਮੇਸ਼ਰ ਦੀ ਹਜ਼ੂਰੀ ਨੂੰ ਸਮਝ ਸਕੇ ਕਿ ਉਹ ਕੀ ਚੀਜ਼ ਆ ਉਹ ਕੌਣ ਪਰ ਲੋਕਾਂ ਦੇ ਕਹਿ ਦੇ ਉੱਤੇ ਉਹ ਨੇਮ ਲੈ ਕੇ ਆਇਆ ਜਿਹੜਾ ਉਹ ਰੱਖ ਨਹੀਂ ਸਕਿਆ ਇੱਕ ਚੀਜ਼ ਇੱਥੇ ਹੁਣ ਹੋਰ ਆ ਜਿਹੜੀ ਉਹ ਵੈਰੀਨ ਰੱਖਣ ਨਹੀਂ ਦਿੰਦਾ ਇੱਕ ਚੀਜ਼ ਇੱਥੇ ਹੋਰ ਆ ਲੋਕਾਂ ਨੇ ਹੁਣ ਇੱਕ ਚੀਜ਼ ਹੋਰ ਪ੍ਰਭੂ ਤੋਂ ਮੰਗੀ ਆ ਜਿਹੜੀ ਇਹ ਅਗਲੀਆਂ ਆਇਤਾ ਆ ਰਹੀਆਂ ਆ ਨਾ ਇਹ ਲੋਕਾਂ ਦੀ ਮੰਗ ਦੇ ਕਾਰਨ ਆ ਰਹੀਆਂ ਔਰ ਜਿਸ ਵੇਲੇ ਲੋਕ ਕੋਈ ਚੀਜ਼ ਮੰਗ ਰਹੇ ਆ ਤੇ ਅਸੀਂ ਵੀ ਉਹਨਾਂ ਦੇ ਨਾਲ ਹੀ ਖੜੇ ਆ ਉਹ ਸਾਡੇ ਬਜ਼ੁਰਗੇ ਆ ਜਿਹੜੇ ਕੋਈ ਚੀਜ਼ ਮੰਗ ਰਹੇ ਆ ਅਸੀਂ ਵੀ ਰਿਪਰੈਜ਼ੈਂਟ ਕਰ ਰਹੇ ਹਾਂ ਉਹਨਾਂ ਨੂੰ ਅਸੀਂ ਵੀ ਉਹਨਾਂ ਦੇ ਨਾਲ ਸੋ ਉਹ ਕਹਿ ਰਿਹਾ ਕਿ ਇਹ ਰੋਟੀ ਸਾਨੂੰ ਨਿਤ ਦਿਆ ਕਰੋ ਔਰ ਪ੍ਰਭੂ ਨੇ ਅੱਗੇ ਇਹ ਚੀਜ਼ ਕਹੀ ਆ ਕਿ ਅੱਛਾ ਤੁਸੀਂ ਨਿਤ ਖਾਣ ਵਾਲੀ ਰੋਟੀ ਮੰਗਦੇ ਆਂ ਤੇ ਆਹ ਰੋਟੀ ਆ ਯਿਸੂ ਨੇ ਕਿਹਾ ਜੀਵਨ ਦੀ ਰੋਟੀ ਮੈਂ ਹੀ ਹਾਂ ਜੋ ਮੇਰੇ ਕੋਲ ਆਉਂਦਾ ਹੈ ਉਹ ਕਦੀ ਭੁੱਖਾ ਨਾ ਹੋਵੇਗਾ ਜੋ ਮੇਰੇ ਉੱਤੇ ਵਿਸ਼ਵਾਸ ਕਰਦਾ ਹੈ ਉਹ ਕਦੀ ਧਿਆਆ ਅੱਗੇ ਵਚਨ ਦੇ ਵਿੱਚ ਜਾ ਕੇ ਅਸੀਂ ਦੋ ਚੀਜ਼ਾਂ ਦੇਖਦੇ ਹਾਂ ਦੋ ਚੀਜ਼ਾਂ ਦੇਖਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਨੇ ਜਿਸਲੇ ਹੁਣ ਇੱਕ ਗਾਂ ਜਾ ਕੇ ਰੋਟੀ ਨੂੰ ਤੇ ਇਸ ਪੀਣ ਵਾਲੀ ਚੀਜ਼ ਨੂੰ ਖੋਲਣਾ ਆ ਤਾਂ ਉਹਨੇ ਕਹਿਣਾ ਇਹ ਮੇਰਾ ਸ਼ਰੀਰ ਆ ਇਸ ਨੂੰ ਖਾਓ ਇਹ ਮੇਰਾ ਖੂਨ ਹੈ ਇਸ ਨੂੰ ਪਿਓ ਇਹ ਹੈ ਪ੍ਰਭੂ ਦਾ ਪੋਜ ਪ੍ਰਭੂ ਦਾ ਪੋਜ ਆਪਣੇ ਆਪ ਨੂੰ ਪ੍ਰਭੂ ਦੇ ਪੂਜ ਤੋਂ ਵੱਖਰਾ ਨਾ ਰੱਖੋ ਪ੍ਰਭੂ ਦੇ ਪੂਜ ਤੋਂ ਆਪਣੇ ਆਪ ਨੂੰ ਦੂਰ ਨਾ ਕਦੀ ਵੀ ਕਰੋ ਕਿਉਂਕਿ ਇਹੋ ਹੀ ਇੱਕ ਸੰਗਤੀ ਆ ਜਿਹੜੀ ਪ੍ਰਭੂ ਦੇ ਵਿੱਚ ਸਾਨੂੰ ਦਿੱਤੀ ਗਈ ਆ ਨਿਸ਼ਾਨੀਆਂ ਨਿਸ਼ਾਨੀਆਂ ਉਹਨਾਂ ਲੋਕਾਂ ਦੀ ਜਿਹੜੇ ਮਸੀਹਤ ਦੇ ਵਿੱਚ ਟੱਕੇ ਦੇ ਨਾਲ ਬੜ ਗਏ ਆ ਉਹ ਪਹਿਲਾਂ ਜਿਹੜਾ ਬੰਦੇ ਨੂੰ ਦੂਰ ਕਰਨਗੇ ਆਪਣੇ ਮਗਰ ਲਾਉਣ ਦੇ ਲਈ ਜਿਹੜਾ ਤੁਹਾਨੂੰ ਉਹ ਸਭ ਤੋਂ ਪਹਿਲਾਂ ਜਿਸ ਚੀਜ਼ ਤੋਂ ਦੂਰ ਕਰਨਗੇ ਉਹ ਹੋਏਗਾ ਪ੍ਰਭੂ ਦਾ ਭੋਜ ਪ੍ਰਭੂ ਦੇ ਦਿੱਤਿਆ ਹੋਇਆ ਸ਼ਰੀਰ ਜੋ ਰੋਟੀ ਜਿਸ ਦੀ ਉਹ ਗੱਲ ਕਰਦੇ ਪਏ ਆ ਉਰੋਸਤੀ ਉਸ ਦਾ ਦਿੱਤਾ ਹੋਇਆ ਲਹੂ ਜੋ ਉਸ ਨੇ ਖੂਨ ਤੇ ਬਹਾਇਆ ਜੋ ਉਸ ਨੇ ਸਲੀਵ ਤੇ ਬਹਾਇਆ ਉਸ ਦਾ ਖੂਨ ਆਪਣੇ ਆਪ ਨੂੰ ਇਹਨਾਂ ਚੀਜ਼ਾਂ ਤੋਂ ਦੂਰ ਨਾ ਕਰੋ ਇਨਸਾਨ ਦੇ ਲਈ ਜਿਸ ਵੇਲੇ ਮੁਸੀਬਤ ਇਹ ਹੈ ਕਿ ਮੈਂ ਪ੍ਰਭੂ ਦੇ ਲਈ ਕੁਝ ਕਰਕੇ ਦਿਖਾਉਣਾ ਮੰਗਦਾ ਪ੍ਰਭੂ ਨੂੰ ਕੁਝ ਕਰਕੇ ਦਿਖਾਉਣਾ ਮੰਗਦਾ ਲੇਕਿਨ ਪਰਭੂ ਇਹ ਕਹਿ ਰਿਹਾ ਕਿ ਮੈਨੂੰ ਤੂੰ ਆਪਣੇ ਅੰਦਰ ਕੁਝ ਕਰਨ ਦੇ ਮੈਂ ਪ੍ਰਭੂ ਨੂੰ ਕੁਝ ਨਹੀਂ ਕਰਕੇ ਦਿਖਾ ਸਕਦਾ ਇਨਸਾਨ ਨੂੰ ਕੀ ਕਿਹਾ ਗਿਆ ਕਾ ਜੋ ਆਜਾ ਇੱਥੇ ਆ ਔਰ ਕੱਲ ਨੂੰ ਉੜੇਗਾ ਸੁੱਕੇ ਉੱਪੱਤੇ ਪੱਤਿਆਂ ਦੀ ਤਰ੍ਹਾਂ ਇਹਨੂੰ ਜਾਏਗਾ ਪੱਤਿਆਂ ਦੀ ਤਰ੍ਹਾਂ ਨੂੰ ਐਂ ਜਾਏ ਪੱਤਾ ਕੀ ਕਰਕੇ ਦਿਖਾਏਗਾ ਸੁੱਕਾ ਕਾ ਕੀ ਕਿਸੇ ਨੂੰ ਕੁਝ ਕਰਕੇ ਦਿਖਾਏਗਾ ਸੋ ਇਹ ਜਲਣ ويهੇ ਤੇ ਕਹਿ ਰਿਆ ਕਿ ਉਹ ਕਦੀ ਧਿਆਇਆ ਨਹੀਂ ਹੋਵੇਗਾ ਅਸੀਂ ਭੁੱਖੇ ਤੇ ਧਿਆਇ ਇਸ ਕਰਕੇ ਰਹਿ ਜੰਨੇ ਆ ਕਿ ਅਸੀਂ ਆਪਣੇ ਆਪ ਨੂੰ ਹੋਰ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਇਨਵੋਲ ਕਰ ਲੈਨੇ ਆ ਲੋਕਾਂ ਦੇ ਵਿੱਚ ਇਨਵੋਲ ਕਰ ਲੈਨੇ ਆ ਲੋਕਾਂ ਦੀਆਂ ਸਿੱਖਿਆਵਾਂ ਦੇ ਵਿੱਚ ਇਨਵੋਲ ਕਰ ਲੈਨੇ ਆ ਔਰ ਅਸੀਂ ਆਪਣੇ ਆਪ ਨੂੰ ਯਿਸੂ ਦੇ ਲਾਗੇ ਨਹੀਂ ਹੋਣ ਦਿੰਦੇ ਸੋ ਲੈਟਸ ਸੀ ਅਗਰ ਛੱਤੀ ਮੇ ਅੱਜ ਪ੍ਰਭੂ ਇਹ ਕਹਿ ਰਾਇਆ ਕਿ ਪਰ ਮੈਂ ਤੁਹਾਨੂੰ ਦੱਸ ਚੁੱਕਾ ਹਾਂ ਤੁਸੀਂ ਮੈਨੂੰ ਦੇਖ ਲਿਆ ਹੈ ਫਿਰ ਵੀ ਤੁਸੀਂ ਮੇਰੇ ਤੇ ਵਿਸ਼ਵਾਸ ਨਹੀਂ ਕਰਦੇ ਤੁਸੀਂ ਉਹ ਹਰ ਕੋਈ ਜਿਸ ਨੂੰ ਮੇਰਾ ਪਿਤਾ ਮੈਨੂੰ ਦਿੰਦਾ ਹੈ ਉਹ ਮੇਰੇ ਕੋਲ ਆਏਗਾ ਜੋ ਮੇਰੇ ਕੋਲ ਆਏਗਾ ਮੈਂ ਉਸ ਨੂੰ ਕਦੀ ਵਾਪਸ ਨਹੀਂ ਕਰਾਂ ਪ੍ਰਿੰਸੀਪਲ ਨੰਬਰ 1 ਯਸੂ ਦਾ ਸਭ ਤੋਂ ਪਹਿਲਾ ਜਿਹੜਾ ਪ੍ਰਿੰਸੀਪਲ ਹੋਏ ਕੋਈ ਪ੍ਰਭੂ ਯਸੂ ਕੋ ਨਹੀਂ ਆ ਸਕਦਾ। ਅਗਰ ਤੁਸੀਂ ਪ੍ਰਭੂ ਯਸੂ ਦੇ ਘਰ ਦੇ ਵਿੱਚ ਬੈਠੇ ਆ ਨਾ ਅਗਰ ਕੋਈ ਬੰਦਾ ਇੱਥੇ ਸਿਰਫ ਇਹ ਦੇਖਣ ਦੇ ਲਈ ਆਇਆ ਕਿ ਮਸੀਹੀ ਵਰਸ਼ਪ ਕਿਦਾਂ ਕਰਦੇ ਪਏ ਆ ਉਹ ਵੀ ਕੋਈ ਇਨਸਾਨ ਦਾ ਕੰਮ ਨਹੀਂ। ਉਹ ਵੀ ਕੋਈ ਮਨੁੱਖ ਦਾ ਕੰਮ ਨਹੀਂ। ਬਾਪ ਆਪ ਇਨਸਾਨ ਨੂੰ ਪ੍ਰਭੂ ਯਸੂ ਦੇ ਕੋਲ ਲਾ ਕੇ ਆਉਂਦਾ ਔਰ ਪ੍ਰਭੂ ਯੇਸ਼ੂ ਮਸੀਹ ਨੇ ਉਸ ਨੂੰ ਕਿਸ ਤਰ੍ਹਾਂ ਆਪਣੇ ਕਲਾਵੇ ਦੇ ਵਿੱਚ ਲੈਣਾ ਇਹ ਉਸ ਦਾ ਕੰਮ ਉਹ ਉਹ ਸਾਡੇ ਵਿੱਚੋਂ ਕਿਸੇ ਬੈਠੇ ਭਰਾ ਦੇ ਪਿਆਰ ਦੇ ਨਾਲ ਉਸ ਨੂੰ ਖਿੱਚ ਕੇ ਕਲਾਵੇ ਦੇ ਵਿੱਚ ਲੈ ਕੇ ਆ ਸਕਦਾ ਉਹ वचन ਦੀ ਕੋਈ ਗਹਿਰਾਈ ਉਹਨੂੰ ਐਸੀ ਪਤਾ ਲੱਗ ਜਵੇ ਉਹ ਪ੍ਰਭੂ ਦੇ ਕਲਾਵੇ ਦੇ ਵਿੱਚ ਆ ਸਕਦਾ ਉਹ ਇਹ ਚੀਜ਼ ਪ੍ਰਭੂ ਕਹਿ ਰਿਹਾ ਔਰ ਦੇਖੋ ਕੀ ਕਹਿ ਰਿਹਾ ਕਿਉਂਕਿ ਮੈਂ ਆਪਣੀ ਨਹੀਂ ਸਕੂ ਆਪਣੇ ਕਲਨ ਵਾਲੇ ਦੀ ਮਰਜ਼ੀ ਪੂਰੀ ਕਰਨ ਆਇਆ ਹਾਂ ਜਿਸ ਨੇ ਮੈਨੂੰ ਕੱਲਿਆ ਹੈ ਉਸ ਦੀ ਮਰਜ਼ੀ ਇਹ ਹੈ ਕਿ ਮੈਂ ਉਹਨਾਂ ਸਾਰਿਆਂ ਦੇ ਵਿੱਚੋਂ ਕਿਸੇ ਨੂੰ ਨਾ ਗਵਾਵਾਂ ਜਿਨ੍ਹਾਂ ਨੇ ਉਸ ਨੂੰ ਜਿਨ੍ਹਾਂ ਨੂੰ ਉਸਨੇ ਮੈਨੂੰ ਦਿੱਤਾ ਹੈ ਸਗੋਂ ਉਹਨਾਂ ਸਾਰਿਆਂ ਨੂੰ ਅੰਤਮ ਦਿਨ ਮੈਂ ਫਿਰ ਜ਼ਿੰਦਾ ਕਰਾਂ ਮੇਰੇ ਪਿਤਾ ਦੀ ਮਰਜ਼ੀ ਇਹ ਹੈ ਕਿ ਹਰ ਕੋਈ ਜੋ ਪੁੱਤਰ ਨੂੰ ਦੇਖਦਾ ਹੈ ਉਸ ਉੱਤੇ ਵਿਸ਼ਵਾਸ ਕਰਦਾ ਹੈ ਅਨੰਤ ਜੀਵਨ ਪਾਵੇ ਅਤੇ ਅੰਤਮ ਦਿਨ ਮੈਂ ਫਿਰ ਉਸ ਨੂੰ ਜ਼ਿੰਦਾ ਕਰਾਂਗਾ ਇਹਦੇ ਵਿੱਚ ਕੋਈ ਐਸੀ ਚੀਜ਼ ਹੈ ਨਹੀਂ ਇਸ ਦੇ ਵਿੱਚ ਕੋਈ ਐਸੀ ਚੀਜ਼ ਇੱਕ ਵੀ ਐਸੀ ਚੀਜ਼ ਹੈ ਨਹੀਂ ਜਿਹੜੀ ਕਿ ਇਨਸਾਨ ਕਹਿ ਸਕੇ ਕਿ ਇਟ ਇਜ਼ ਡਨ ਬਾਈ ਮੈਨ ਇਹ ਬੰਦੇ ਦੁਆਰਾ ਕੀਤੇ ਗਏ ਇਸ ਕਰਕੇ ਜਿਹੜੀ ਮੁਕਤੀ ਪ੍ਰਭੂ ਯਿਸੂ ਮਸੀਹ ਦੇ ਵਿੱਚ ਮਿਲਦੀ ਆ ਜਿਹੜੀ ਮੁਕਤੀ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਆ ਉਸ ਮੁਕਤੀ ਦੇ ਉੱਤੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਅੱਛਾ ਦੇਖੀਏ ਤੇ ਤਰਕੁਣ ਮੁਕਤੀ ਹੈਗੀ ਕਿ ਨਹੀਂ ਹੈਗੀ ਭਾਈ ਲਿਆ ਤੇਰਿਆਂ ਕੰਮਾਂ ਦਾ ਹਿਸਾਬ ਕਿਤਾਬ ਲਾਈਏ ਲਿਆ ਤੇਰੇ ਭਲੇ ਕੰਮ ਕਰਦੇ ਦੇਖੀਏ ਤੇਰੇ ਬੁਰੇ ਕੰਮ ਦੇਖੀਏ ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਇਦਾਂ ਦੀ ਤਾਂ ਕੋਈ ਚੀਜ਼ ਕਹੀ ਨਹੀਂ ਉਸਨੇ ਕਿਹਾ ਮੇਰੇ ਬਾਪ ਨੇ ਮੈਨੂੰ ਇੱਕ ਚੀਜ਼ ਕਹੀ ਆ ਕਿ ਜਿਨ੍ਹਾਂ ਨੂੰ ਮੈਂ ਤੇਰੇ ਹੱਥਾਂ ਦੇ ਵਿੱਚ ਦਵਾਂ ਉਹਨਾਂ ਨੂੰ ਤੂੰ ਅੰਤਮ ਦਿਨ ਫਿਰ ਜਿੰਦਾ ਕਰੇਂਗਾ ਉਹਨਾਂ ਨੂੰ ਤੂੰ ਮੁਕਤੀ ਦੇਂਗਾ ਉਹਨਾਂ ਨੂੰ ਤੇਰੇ ਰਾਹੀਂ ਮੁਕਤੀ ਮਿਲੇਗੀ ਔਰ ਇਹ ਕੰਮ ਪ੍ਰਭੂ ਦਾ ਪ੍ਰਭੂ ਦਾ ਕੰਮ ਆ ਆਹ ਹਿੱਸੇ ਅਸੀਂ ਜਿਹੜੇ ਹੈਗੇ ਅਗਲੀ ਪਿਕਚਰ ਜਿਹੜੀ ਆ ਉਹ ਅਸੀਂ ਬਾਅਦ ਦੇ ਵਿੱਚ ਦੇਖਾਂਗੇ ਲੇਕਿਨ ਯਹੂਦੀ ਯਸੂ ਦੇ ਉੱਤੇ ਬੜ ਬੜਾਉਣ ਲੱਗ ਪਏ ਕਿਉਂਕਿ ਉਹਨਾਂ ਨੇ ਕਿਹਾ ਸੀ ਮੈਂ ਸਵਰਗ ਤੋਂ ਉਤਰੀ ਰੋਟੀ ਹਾਂ ਉਹ ਆਪੋ ਵਿੱਚ ਕਹਿਣ ਲੱਗੇ ਕਿ ਇਹ ਯੂਸਫ ਦਾ ਪੁੱਤਰ ਯਸੂ ਨਹੀਂ ਹੈ ਕਿ ਅਸੀਂ ਇਸ ਦੇ ਮਾਤਾ ਪਿਤਾ ਨੂੰ ਨਹੀਂ ਜਾਣਦੇ ਫਿਰ ਇਹ ਹੁਣ ਕਿਸ ਤਰ੍ਹਾਂ ਕਹਿ ਰਿਹਾ ਹੈ ਕਿ ਸਵਰਗ ਤੋਂ ਉਤਰਿਆ ਹੈ ਯਿਸੂ ਨੇ ਉਹਨਾਂ ਨੂੰ ਕਿਹਾ ਆਪ ਕੋ ਵੇਚਣਾ ਬੁੜ ਬੜਾਓ ਮੇਰੇ ਕੋਲ ਕੋਈ ਨਹੀਂ ਆ ਸਕਦਾ ਜਦੋਂ ਤੱਕ ਕਿ ਪਿਤਾ ਜਿਸ ਨੇ ਮੈਨੂੰ ਕੱਲਿਆ ਹੈ ਉਸ ਨੂੰ ਮੇਰੇ ਵੱਲ ਆਉਣ ਦੇ ਲਈ ਪ੍ਰੇਰਿਤ ਨਾ ਕਰੇ ਮੈਂ ਉਸ ਨੂੰ ਅੰਤਮ ਦਿਨ ਫਿਰ ਜ਼ਿੰਦਾ ਕਰਾਂਗਾ ਨਵੀਆਂ ਦੀਆਂ ਪੁਸਤਕਾਂ ਦੇ ਵਿੱਚ ਲਿਖਿਆ ਹੈ ਕਿ ਪਰਮੇਸ਼ਰ ਉਹਨਾਂ ਸਾਰਿਆਂ ਨੂੰ ਸਿਖਾਏਗਾ ਉਹ ਸਾਰੇ ਜੋ ਪਿਤਾ ਦੀ ਸੁਣ ਕੇ ਅਤੇ ਉਸ ਦੇ ਕੋਲੋਂ ਸਿੱਖਦੇ ਹਨ ਉਹ ਮੇਰੇ ਕੋਲ ਆਉਂਦੇ ਹਨ ਇਸ ਦਾ ਅਰਥ ਇਹ ਵੀ ਨਹੀਂ ਹੈ ਕਿ ਉਹਨਾਂ ਵਿੱਚੋਂ ਕਿਸੇ ਨੇ ਪਿਤਾ ਨੂੰ ਦੇਖਿਆ ਹੈ ਕੇਵਲ ਉਸਨੇ ਜੋ ਪਰਮੇਸ਼ਰ ਦੇ ਵੱਲੋਂ ਹੈ ਪਿਤਾ ਨੂੰ ਦੇਖਿਆ ਹੈ ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ ਕਿ ਉਹ ਜੋ ਵਿਸ਼ਵਾਸ ਕਰਦਾ ਹੈ ਅਨੰਤ ਜੀਵਨ ਉਸਦਾ ਹੈ ਮੈਂ ਜੀਵਨ ਦੀ ਰੋਟੀ ਹਾਂ ਤੁਹਾਡੇ ਪੁਰਖਿਆਂ ਨੇ ਉਜਾੜ ਦੇ ਵਿੱਚ ਮੰਨਾ ਖਾਦਾ ਪਰ ਉਹ ਮਰ ਗਏ ਇਹ ਰੋਟੀ ਹੈ ਜੋ ਸਵਰਗ ਤੋਂ ਉਤਰੀ ਹੈ ਜੋ ਇਸ ਨੂੰ ਖਾਵੇਗਾ ਉਹ ਮਰੇਗਾ ਨਹੀਂ ਕੌਣ ਲੋਕ ਆ ਇਹ ਉਹੀ ਲੋਕ ਆ ਜਿਨ੍ਹਾਂ ਨੇ ਰੋਟੀਆਂ ਖਾਧੀਆਂ ਆ ਇਹ ਉਹੀ 5000 ਲੋਕ ਆ ਜਿਨ੍ਹਾਂ ਨੇ ਰੋਟੀਆਂ ਖਾਧੀਆਂ ਆ ਉਹ ਜਿਹੜਾ ਪ੍ਰਭੂ ਨੇ ਮਿਰਕਲ ਕੀਤਾ ਇਹ ਉਹੀ ਲੋਕ ਆ ਜਿਹੜੀਆਂ ਬੇੜੀਆਂ ਦੇ ਵਿੱਚ ਬੈਠ ਕੇ ਪ੍ਰਭੂ ਦੇ ਪਿੱਛੇ ਹੁਣ ਇੱਥੇ ਆਇਓ ਆ ਇਹ ਉਹੀ ਲੋਕ ਆ ਜਿਹੜੇ ਯਸੂ ਨੂੰ ਰਾਜਾ ਬਣਾਉਣਾ ਮੰਗਦੇ ਆ ਇਹ ਉਹੀ ਲੋਕ ਆ ਜਿਹੜੇ ਯਿਸੂ ਨੂੰ ਕਹਿੰਦੇ ਅਸੀਂ ਤੈਨੂੰ ਲੱਭਦੇ ਫਿਰਦੇ ਤੂੰ ਕਿੱਥੇ ਚਲਾ ਗਿਆ ਸੀ। ਔਰ ਜਿਸ ਵੇਲੇ ਯਿਸੂ ਮਸੀਹ ਹੁਣ ਉਹਨਾਂ ਨੂੰ ਦੱਸ ਰਿਹਾ ਕਿ ਮੈਂ ਕੌਣ ਆ ਉਹ ਮੰਨਣ ਨੂੰ ਤਿਆਰ ਨਹੀਂ। ਉਹ ਮੰਨਣ ਤੋਂ ਤਿਆਰ ਨਹੀਂ। ਇਨਸਾਨ ਪਰਮੇਸ਼ਰ ਉਦਾਂ ਦਾ ਭੰਗਦਾ ਜਿਹੜਾ ਉਹਦੀ ਡੱਬੀ ਦੇ ਵਿੱਚ ਫਿੱਟ ਹੋ ਜਾ। ਯਾਨੀ ਕਿ ਜਿੱਦਾਂ ਦਾ ਪਰਮੇਸ਼ਰ ਮੈਂ ਚੋਣਾ ਉਹਦਾ ਦਾ ਪਰਮੇਸ਼ਰ ਹੋਣਾ ਚਾਹੀਦਾ ਤੋ ਮੈਨੂੰ ਇਹ ਨਾ ਦੱਸ ਕੇ ਪਰਮੇਸ਼ਰ ਹੈ ਕੌ ਜੋ ਹੈ ਉਹ ਉਹ ਨਹੀਂ ਮੈਂ ਸਵੀਕਾਰ ਕਰਨਾ ਆਈ ਵਾਂਟ ਆਈ ਵਾਂਟ ਗੋਡ ਆਫ ਮਾਈ ਨੀਡਸ ਆਪਣੀਆਂ ਜ਼ਰੂਰਤਾਂ ਦਾ ਪਰਮੇਸ਼ਰ ਮੰਗਦਾ ਪਿਆ ਅੱਗੇ ਉਹ ਕੀ ਕਹਿ ਰਿਹਾ ਕਹਿੰਦਾ ਮੈਂ ਜੀਵਨ ਦੀ ਰੋਟੀ ਹਾਂ ਜੋ ਸਵਰਗ ਤੋਂ ਉਤਰੀ ਹੈ ਜੇਕਰ ਕੋਈ ਇਸ ਰੋਟੀ ਵਿੱਚੋਂ ਖਾਵੇਗਾ ਅਨੰਤ ਕਾਲ ਤੱਕ ਜਿਉਂਦਾ ਰਹੇਗਾ ਜੋ ਰੋਟੀ ਮੈਂ ਉਸ ਨੂੰ ਦੇਵਾਂਗਾ ਉਹ ਮੇਰਾ ਸਰੀਰ ਹੈ ਜੋ ਮੈਂ ਦਿੰਦਾ ਹਾਂ ਕਿ ਸੰਸਾਰ ਨੂੰ ਜੀਵਨ ਮਿਲੇ ਪ੍ਰਭੂ ਯਿਸੂ ਨੇ ਕਿਹਾ ਸੀ ਕਿ ਬਾਪ ਨੇ ਅਸਲੀ ਰੋਟੀ ਮੈਂ ਆ ਜਿਹੜੀ ਉੱਪਰੋਂ ਉਤਰੀ ਆ ਅਸਲੀ ਰੋਟੀ ਉਹ ਤੁਹਾਨੂੰ ਦਿੰਦਾ ਸਾਨੂੰ ਫਿਰ ਰੋਜ਼ ਉਹ ਰੋਟੀ ਦਿਆ ਕਰ ਠੀਕ ਆ ਲੈਟ ਮੀ ਟੈਲ ਯੂ ਕੰਦਾ ਹੁਣ ਇਹ ਰੋਟੀ ਕੌਣ ਆ ਇਸ ਉੱਤੇ ਯਹੂਦੀ ਆਪੋ ਵਿੱਚ ਬਹਿਸ ਕਰਨ ਲੱਗੇ ਇਹ ਆਪਣਾ ਸਰੀਰ ਖਾਣ ਦੇ ਲਈ ਸਾਡੇ ਖਾਣ ਦੇ ਲਈ ਕਿਸ ਤਰ੍ਹਾਂ ਦੇ ਸਕਦਾ ਹੈ ਪਰ ਯਿਸੂ ਨੇ ਉਹਨਾਂ ਨੂੰ ਕਿਹਾ ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ ਜਦੋਂ ਤੱਕ ਤੁਸੀਂ ਮਨੁੱਖ ਦੇ ਪੁੱਤਰ ਦਾ ਸਰੀਰ ਨਹੀਂ ਖਾਓਗੇ ਹੁਣ ਇੱਕ ਚੀਜ਼ ਹੋਰ ਗਾਂਹ ਹੋਰ ਵੀ ਹੋ ਗਈ ਤੁਸੀਂ ਉਸ ਦਾ ਖੂਨ ਨਹੀਂ ਪੀਓਗੇ ਤੁਸੀਂ ਆਪਣੇ ਵਿੱਚ ਜੀਵਨ ਪ੍ਰਾਪਤ ਨਹੀਂ ਕਰੋ। ਤੁਹਾਡੇ ਵਿੱਚੋਂ ਭੇੜੀਏ ਉੱਠਦੇ ਰਹਿਣਗੇ ਉਹ ਤੁਹਾਨੂੰ ਆਪਣੇ ਪਿੱਛੇ ਲਾਉਂਦੇ ਰਹਿਣਗੇ ਤੁਹਾਨੂੰ ੱੱਕੇ ਖੜਾਉਂਦੇ ਰਹਿਣਗੇ। ਔਰ ਤੁਸੀਂ ਉਹਨਾਂ ਦੇ ਪਿੱਛੇ ਰੁਲਦੇ ਫਿਰੋਗੇ। ਤੁਹਾਡੇ ਵਿੱਚ ਜੀਵਨ ਨਹੀਂ ਹੋਏਗਾ। ਪੱਤਿਆਂ ਵਾਂਗ ਉੱਡ ਕੇ ਕਦੀ ਇੱਧਰ ਚਲੇ ਜਾਓਗੇ, ਕਦੀ ਇੱਧਰ ਨੂੰ ਚਲੇ ਜਾਓਗੇ, ਕਦੀ ਇੱਧਰ ਨੂੰ ਚਲੇ ਜਾਓਗੇ। ਜਦ ਤੱਕ ਤੁਸੀਂ ਮੇਰਾ ਸਰੀਰ ਨਹੀਂ ਖਾਓਗੇ ਮੇਰਾ ਲਹੂ ਨਹੀਂ ਪੀਓਗੇ ਤੁਹਾਡੇ ਵਿੱਚ ਉਹ ਅਸਲੀ ਜੀਵਨ ਨਹੀਂ ਹੋਏਗਾ ਵਚਨ ਦੇ ਵਿੱਚ ਕੀ ਲਿਖਿਆ ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ ਕਿ ਜਦੋਂ ਤੱਕ ਤੁਸੀਂ ਮਨੁੱਖ ਦੇ ਪੁੱਤਰ ਦਾ ਸਰੀਰ ਨਹੀਂ ਖਾਓਗੇ ਉਸ ਦਾ ਖੂਨ ਨਹੀਂ ਪੀਓਗੇ ਤੁਸੀਂ ਆਪਣੇ ਵਿੱਚ ਜੀਵਨ ਪ੍ਰਾਪਤ ਨਹੀਂ ਕਰੋਗੇ ਜਿਹੜਾ ਮੇਰਾ ਸਰੀਰ ਖਾਂਦਾ ਅਤੇ ਮੇਰਾ ਖੂਨ ਪੀਂਦਾ ਹੈ ਅਨੰਤ ਜੀਵਨ ਉਸ ਦਾ ਹੈ ਮੈਂ ਉਸ ਨੂੰ ਅੰਤਮ ਦਿਨ ਫਿਰ ਜੀਵਨ ਦੇਵਾਂਗਾ ਮੇਰਾ ਸਰੀਰ ਅਸਲੀ ਭੋਜਨ ਹੈ ਮੇਰਾ ਖੂਨ ਅਸਲੀ ਪੀਣ ਵਾਲੀ ਚੀਜ਼ ਹੈ ਉਹ ਜਿਹੜਾ ਮੇਰਾ ਸਰੀਰ ਖਾਂਦਾ ਅਤੇ ਮੇਰਾ ਖੂਨ ਪੀਂਦਾ ਹੈ ਮੇਰੇ ਵਿੱਚ ਰਹਿੰਦਾ ਹੈ ਅਤੇ ਮੈਂ ਉਸ ਦੇ ਵਿੱਚ ਅੰਗੂਰ ਦੀ ਅਸਲੀ ਵੇਲ ਮੈਂ ਹਾਂ ਜੋ ਮੇਰੇ ਵਿੱਚ ਬਣਿਆ ਰਹਿੰਦਾ ਹੈ ਉਹ ਉਹ ਫਲ ਦਿੰਦਾ ਹੈ ਅਸੀਂ ਉਸ ਨੂੰ ਨੇਕ ਕੰਮ ਬਣਾਤੇ ਜਿਹੜਾ ਬੰਦਾ ਨੇਕ ਕੰਮ ਕਰਦਾ ਉਹ ਯਸੂ ਦੇ ਵਿੱਚ ਬਣਿਆ ਰਹਿੰਦਾ ਨੇਕ ਕੰਮ ਕਰਾਂਗੇ ਕਿਸ ਤਰ੍ਹਾਂ ਜੇ ਸਾਡੇ ਅੰਦਰ ਨੇਕ ਹੀ ਹੈ ਨਹੀਂ ਥਿੰਕ ਅਬਾਊਟ ਦਿਸ ਅਗਰ ਇੱਕ ਜ਼ਹਿਰ ਦੀ ਬੋਤਲ ਨੂੰ ਬਾਹਰ ਉਹਦੇ ਅੰਮ੍ਰਿਤ ਲਿਖ ਦਿੱਤਾ ਜਾਵੇ ਤੋ ਅੰਮ੍ਰਿਤ ਤਾਂ ਨਹੀਂ ਬਣ ਗਿਆ ਜਿੰਨੀ ਦੇਰ ਤੱਕ ਅੰਦਰ ਅੰਮ੍ਰਿਤ ਪਾਇਆ ਨਹੀਂ ਜਾਏਗਾ ਉਹ ਅੰਮ੍ਰਿਤ ਕਿਸ ਤਰ੍ਹਾਂ ਬਣੇਗਾ ਇੱਥੇ ਪ੍ਰਭੂ ਉਹ ਰਾਜ ਦੱਸਦੇ ਪਏ ਆ ਕਿ ਤੁਸੀਂ ਮੇਰੇ ਵਿੱਚ ਕਿਸ ਤਰ੍ਹਾਂ ਬਣੇ रह ਸਕਦੇ ਆ ਦੇਰਸ ਦੇਰਸ ਅਸੀਂ ਅਸੀਂ ਇਸ ਨੂੰ ਚਰਚ ਥਿੰਗ ਬਣਾ ਦਿੱਤਾ ਆ ਪ੍ਰਭੂ ਉਹ ਯੂਨੀਵਰਸਿਟੀ ਚਰਚ ਚੀਜ਼ ਬਣਾਤੀ ਸਾਡੀ ਮੁਸੀਬਤ ਇਹ ਹੈ ਕਿ ਅਸੀਂ ਹਰੇਕ ਚੀਜ਼ ਨੂੰ ਇਨਸਾਨ ਦੀ ਇਹ ਹੀ ਚੀਜ਼ ਆ ਕਿ ਹਰੇਕ ਚੀਜ਼ ਨੂੰ ਧਰਮ ਤੇ ਧਰਮ ਸਥਾਨ ਬਣਾ ਦਿੰਦਾ ਥੈਟਸ ਦੀ ਇਹ ਇੱਕ ਐਸੀ ਚੀਜ਼ ਆ ਜਿਸ ਨੂੰ ਅਸੀਂ ਅਸੀਂ ਬਿਲਕੁਲ ਅਸੀਂ ਲੋਕ ਹਰੇਕ ਚੀਜ਼ ਨੂੰ ਤਬਾਹ ਕਰਨ ਦੇ ਵਿੱਚ ਮਾਹਰ ਵਾਟ ਇਜ਼ ਰੌਂਗ ਵਿਦ ਥਿਸ ਅਗਰ ਤੁਸੀਂ ਸਵੇਰ ਨੂੰ ਉੱਠ ਕੇ ਬ੍ਰੈਡ ਦਾ ਇੱਕ ਪੀਸ ਹੱਥ ਦੇ ਉੱਤੇ ਰੱਖ ਲਓ ਔਰ ਅਗਰ ਥੋੜਾ ਜਿਹਾ ਜੇ ਤੁਹਾਨੂੰ ਜੂਸ ਨਹੀਂ ਵੀ ਮਿਲਦਾ ਤਾਂ ਥੋੜਾ ਜਿਹਾ ਪਾਣੀ ਲੈ ਕੇ ਤੁਸੀਂ ਰੱਖ ਲਓ ਦੋਨੇ ਹੀ ਪ੍ਰਭੂ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਕੋਈ ਜ਼ਰੂਰੀ ਤਾਂ ਨਹੀਂ ਔਰ ਕਹੋ ਕਿ ਪ੍ਰਭੂ ਤੇਰਾ ਸ਼ੁਕਰ ਆ ਇਹ ਤੇਰਾ ਸਰੀਰ ਆ ਜਿਹੜਾ ਮੇਰੇ ਲਈ ਤੋੜਿਆ ਗਿਆ ਇਸ ਦੇ ਨਾਲ ਤੂੰ ਮੈਨੂੰ ਤਾਕਤ ਦੇ ਇਹ ਤੇਰਾ ਖੂਨ ਆ ਜਿਸ ਦੇ ਨਾਲ ਇਹ ਤੇਰਾ ਲਹੂ ਆ ਜਿਸ ਨੇ ਜੋ ਮੇਰੇ ਲਈ ਬਹਾਇਆ ਗਿਆ ਕਿ ਮੈਂ ਮੈਂ ਸ਼ੁਭ ਬਣਾ ਔਰ ਸ਼ੁਭ ਕੰਮ ਕਰਾਂ ਅੱਜ ਤੂੰ ਮੇਰੇ ਨਾਲ-ਨਾਲ ਚੱਲ ਲਈ ਤੁਸੀਂ ਉਸ ਨੂੰ ਖਾ ਲਓ ਉਸ ਨੂੰ ਪੀ ਲਓ what is wrong with that ਕੋਈ ਹੈਸ ਦੇ ਵਿੱਚ ਬੁਰਾਈ ਮੈਂ ਤਾਂ ਦੇਖਦਾ ਨਹੀਂ ਚਰਚ ਡੂ ਇਟ ਐਵਰੀਡੇ हां अगर ਤੁਹਾਡੀ ਤੁਸੀਂ ਮੰਨਦੇ ਕਿ ਨਾ ਜੀ ਇਹ ਚਰਚ ਵਿੱਚ ਹੋਣਾ ਚਾਹੀਦਾ ਪਹਿਲਾਂ ਉਹਦੇ ਲਈ ਦੁਆ ਹੋਣੀ ਚਾਹੀਦੀ ਹੈ ਫਿਰ ਉਹਦੇ ਲਈ ਦੁਆ ਹੋਣੀ ਚਾਹੀਦੀ ਸਾਰਿਆਂ ਨੇ ਇਕੱਠਾ ਖੜਨਾ ਚਾਹੀਦਾ ਬles you ਮੈਂ ਤੁਹਾਨੂੰ ਨਹੀਂ ਕਹਿੰਦਾ ਪਰ ਅਗਰ ਪ੍ਰ부ਤਾਨ ਨੂੰ ਉਸ ਲੈਵਲ ਤੱਕ ਲੈ ਕੇ ਜਾਣਾ ਚਾਹੁੰਦਾ ਜਿੱਥੇ ਪ੍ਰ부 ਤੇ ਔਰ ਤੁਹਾਡੇ ਵਿੱਚ ਇੱਕ ਏਕਤਾ ਹੋਵੇ ਕਿ ਹਰ ਸਵੇਰ ਤੁਸੀਂ ਕਹੋ ਕਿ ਪ੍ਰ부 ਜੀ ਇਹ ਤੇਰਾ ਸ਼ਰੀਰ ਜੋ ਮੇਰੇ ਲਈ ਤੋੜਿਆ ਗਿਆ ਮੈਂ ਤਾਂ ਇੱਕ ਪੱਤਾ ਆ ਮੈਂ ਤਾਂ ਇੱਕ ਉੱਡਣ ਵਾਲਾ ਕਾਂ ਆ ਆਪਣੇ ਆਪ 'ਚ ਮੈਂ ਕੁਛ ਨਹੀਂ ਇਹ ਖਾਉਂਗਾ ਤਾਂ ਤੇਰੀ ਜ਼ਿੰਦਗੀ ਮੇਰੇ ਵਿੱਚ ਰਹੂਗੀ ਇਹ ਤੇਰਾ ਖੂਨ ਜੋ ਮੇਰੇ ਲਈ ਬਹਾਇਆ ਗਿਆ ਜੋ ਪਾਪਾਂ ਤੋਂ ਮੈਨੂੰ ਸ਼ੁੱਧ ਕਰਦਾ ਔਰ ਜੋ ਪਾਪਾਂ ਤੋਂ ਮੈਨੂੰ ਬਚਾ ਕੇ ਰੱਖਦਾ ਅੱਜ ਮੇਰੀ ਜ਼ਿੰਦਗੀ ਨੂੰ ਤੂੰ ਤੂੰ ਇਸ ਦੇ ਨਾਲ ਮੈਨੂੰ ਤਾਕਤ ਦੇਈ ਇਸ ਦੇ ਨਾਲ ਤੂੰ ਮੈਨੂੰ ਪਵਿੱਤਰਤਾ ਦੇਈ ਔਰ ਉਹ ਦੋਨਾਂ ਨੂੰ ਤੁਸੀਂ ਪ੍ਰਭੂ ਦਾ ਭੋਜ ਕਰਕੇ ਲੈ ਲਵੋ ਬੀ ਸਟਰੋਂਗ ਵਿਦ ਥੈ ਡੂ ਇਟ ਡੋ ਇਟ एवरीडे ਖੁਦਾਵੰਤ ਤੁਹਾਨੂੰ ਬਰਕਤ ਦੇ ਦੇਖੋ ਬਚਨ ਦੇ ਵਿੱਚ ਕੀ ਲਿਖਿਆ 56 ਆਇਤ ਉਹ ਜਿਹੜਾ ਮੇਰਾ ਸਰੀਰ ਖਾਂਦਾ ਹੈ, ਮੇਰਾ ਖੂਨ ਪੀਂਦਾ ਹੈ, ਮੇਰੇ ਵਿੱਚ ਰਹਿੰਦਾ ਹੈ ਮੈਂ ਉਸ ਦੇ ਵਿੱਚ। ਜਿਸ ਤਰ੍ਹਾਂ ਜਿਉਂਦੇ ਪਿਤਾ ਨੇ ਮੈਨੂੰ ਕੱਲਿਆ ਹੈ, ਉਸ ਦੇ ਕਾਰਨ, ਉਸ ਦੇ ਕਾਰਨ ਮੈਂ ਉਸ ਦੇ ਕਾਰਨ ਜਿੰਦਾ ਹਾਂ, ਉਸੇ ਤਰ੍ਹਾਂ ਉਹ ਜਿਹੜਾ ਮੈਨੂੰ ਖਾਂਦਾ ਹੈ, ਮੇਰੇ ਕਾਰਨ ਜਿੰਦਾ ਰਹੇਗਾ। ਇਹ ਰੋਟੀ ਹੈ ਜਿਹੜੀ ਰੋਟੀ ਸਵਰਗ ਤੋਂ ਉਤਰੀ ਹੈ। ਉਹ ਇਹ ਉਸੇ ਤਰ੍ਹਾਂ ਦੀ ਨਹੀਂ ਹੈ ਜਿਹੜੀ ਤੁਹਾਡੇ ਪੁਰਖਿਆਂ ਨੇ ਖਾਧੀ ਸੀ ਅਤੇ ਉਹ ਮਰ ਗਏ ਸਨ ਜੋ ਕੋਈ ਉਹ ਰੋਟੀ ਖਾਂਦਾ ਹੈ ਉਹ ਅਨੰਤ ਕਾਲ ਤੱਕ ਜੀਵੇਗਾ ਇਹ ਸਭ ਗੱਲਾਂ ਯਿਸੂ ਨੇ ਕਫਰਾ ਨਹੂਮ ਦੇ ਘਰ ਦੇ ਵਿੱਚ ਸਿੱਖਿਆ ਦਿੰਦੇ ਹੋਏ ਕਈਆਂ ਦੇਖੋ ਪ੍ਰਭੂ ਨੇ ਦੋ ਚੀਜ਼ਾਂ ਇੱਥੇ ਕਈਆਂ ਜਿਹੜੀਆਂ ਇਹ ਆ موسی ਨੇ ਜੋ ਕੁਝ ਤੁਹਾਨੂੰ ਦਿੱਤਾ موسی ਦੇ ਰਾਹੀਂ ਸਾਨੂੰ ਕੀ ਮਿਲਿਆ ਤਰਮ ਜੋ موسی ਨੇ ਦਿੱਤਾ ਉਸ ਦੇ ਰਾਹੀਂ ਮੌਤ ਆਈ ਜੋ ਤੁਹਾਨੂੰ ਮੈਂ ਦੇ ਰਿਆਂ ਇਸ ਦੇ ਰਾਹੀਂ ਤੁਹਾਨੂੰ ਜ਼ਿੰਦਗੀ ਆਏਗੀ ਲੇਕਿਨ ਅਗਲੀ ਚੀਜ਼ ਜਿਹੜੀ ਆ ਉਹ ਬੜੀ ਪਿਆਰੀ ਚੀਜ਼ ਆ ਯਿਸੂ ਦੇ ਬਹੁਤੇ ਚੇਲਿਆਂ ਨੇ ਇਹ ਸੁਣਿਆ ਅਤੇ ਉਹ ਕਹਿਣ ਲੱਗੇ ਇਹ ਬਹੁਤ ਹੀ ਕਠੋਰ ਸਿੱਖਿਆ ਹੈ ਇਸ ਨੂੰ ਕੌਣ ਸੁਣ ਸਕਦਾ ਹੈ ਯਿਸੂ ਆਪਣੇ ਆਪ ਇਹ ਵਿੱਚ ਇਹ ਜਾਣ ਗਏ ਕਿ ਮੇਰੇ ਚੇਲੇ ਮੇਰੇ ਬਾਰੇ ਬੁੜਬੁੜਾ ਰਹੇ ਹਨ ਉਹਨਾਂ ਨੇ ਕਿਹਾ ਕੀ ਤੁਹਾਨੂੰ ਸੱਟ ਲੱਗੀ ਹੈ ਪਰ ਜੇਕਰ ਕੋਈ ਮਨੁੱਖ ਦੇ ਪੁੱਤਰ ਨੂੰ ਉੱਪਰ ਜਾਂਦਿਆਂ ਦੇਖੋਗੇ ਜੇ ਤੁਸੀਂ ਮਨੁੱਖ ਦੇ ਪੁੱਤਰ ਨੂੰ ਉੱਪਰ ਜਾਂਦਿਆਂ ਦੇਖੋਗੇ ਜਿੱਥੇ ਉਹ ਪਹਿਲੇ ਸੀ ਤੱਕ ਕੀ ਹੋਵੇਗਾ ਜੀਵਨਦਾਨ ਆਤਮਾ ਤੋਂ ਮਿਲਦਾ ਹੈ ਸਰੀਰ ਦਾ ਕੋਈ ਲਾਭ ਨਹੀਂ ਹੈ ਜਿਹੜੇ ਸ਼ਬਦ ਮੈਂ ਤੁਹਾਨੂੰ ਕਹੇ ਹਨ ਉਹ ਆਤਮਾ ਤੇ ਜੀਵਨ ਹਨ ਪਰ ਫਿਰ ਵੀ ਤੁਹਾਡੇ ਵਿੱਚ ਕੁਝ ਹਨ ਜੋ ਵਿਸ਼ਵਾਸ ਨਹੀਂ ਕਰਦੇ ਕਿਉਂਕਿ ਯਰੂਸ਼ੂ ਸ਼ੁਰੂ ਤੋਂ ਹੀ ਜਾਣਦੇ ਸਨ ਕਿ ਉਹ ਕੌਣ ਹੈ ਜੋ ਉਹਨਾਂ ਉੱਤੇ ਵਿਸ਼ਵਾਸ ਨਹੀਂ ਰੱਖਦੇ ਹਨ ਅਤੇ ਕੌਣ ਉਹਨਾਂ ਨੂੰ ਫੜਵਾਏਗਾ ਯਸੂ ਨੇ ਅੱਗੇ ਕਿਹਾ ਇਸ ਲਈ ਮੈਂ ਤੁਹਾਨੂੰ ਇਹ ਇਸ ਲਈ ਮੈਂ ਤੁਹਾਨੂੰ ਕਿਹਾ ਸੀ ਕਿ ਕੋਈ ਮੇਰੇ ਕੋਲ ਨਹੀਂ ਆ ਸਕਦਾ ਹੈ ਜਦੋਂ ਤੱਕ ਕਿ ਪਿਤਾ ਦੇ ਕੋਲੋਂ ਇਹ ਵਰਦਾਨ ਨਾ ਮਿਲੇ ਇਸ ਦੇ ਪਿੱਛੋਂ ਯਸੂ ਦੇ ਬਹੁਤ ਸਾਰੇ ਚੇਲਿਆਂ ਨੇ ਉਹਨਾਂ ਦਾ ਸਾਥ ਛੱਡ ਦਿੱਤਾ। ਅਤੇ ਉਹ ਫਿਰ ਯਿਸੂ ਦੇ ਨਾਲ ਨਾ ਗਏ। ਇਸ ਉੱਤੇ ਯਿਸੂ ਨੇ 12 ਚੇਲਿਆਂ ਨੂੰ ਕਿਹਾ ਕਿ ਤੁਸੀਂ ਵੀ ਮੈਨੂੰ ਛੱਡ ਕੇ ਜਾਣਾ ਚਾਹੁੰਦੇ ਹੋ? ਸ਼ਮਾਉਨ ਪਤਰਸ ਨੇ ਉਹਨਾਂ ਨੂੰ ਉੱਤਰ ਦਿੱਤਾ ਪ੍ਰਭੂ ਜੀ ਅਸੀਂ ਕਿਹਦੇ ਕੋਲ ਜਾਈਏ? ਤੋ ਹਰ ਦੇ ਕੋਲ ਤਾਂ ਅਨੰਤ ਜੀਵਨ ਦੇਣ ਵਾਲੇ ਸ਼ਬਦ ਹਨ। ਅਸੀਂ ਵਿਸ਼ਵਾਸ ਕਰ ਚੁੱਕੇ ਹਾਂ ਕਿ ਤੁਸੀਂ ਪਰਮੇਸ਼ਰ ਦੇ ਪਵਿੱਤਰ ਮਨੁੱਖ ਹੋ ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ ਕਿ ਮੈਂ ਤੁਹਾਨੂੰ 12 ਨੂੰ ਨਹੀਂ ਚੁਣਿਆ ਹੈ ਪਰ ਫਿਰ ਵੀ ਤੁਹਾਡੇ ਵਿੱਚੋਂ ਇੱਕ ਸ਼ੈਤਾਨ ਹੈ ਇਹ ਯਿਸੂ ਨੇ ਸ਼ਮਾਉਨ ਇਸਕਰੋਤੀ ਦੇ ਪੁੱਤਰ ਯਹੂਦਾ ਦੇ ਜੋ 12 ਚੇਲਿਆਂ ਦੇ ਵਿੱਚੋਂ ਇੱਕ ਸੀ ਦੇ ਬਾਰੇ ਕਿਹਾ ਕਿਉਂਕਿ ਉਹ ਉਹਨਾਂ ਨੂੰ ਫੜਵਾਉਣ ਵਾਲਾ ਸੀ ਇਹ ਸਾਰੇ ਚੈਪਟਰ ਦੇ ਵਿੱਚ ਦੋ ਚੀਜ਼ਾਂ ਨੂੰ ਬੜੇ ਧਿਆਨ ਦੇ ਨਾਲ ਦੇਖੋ 5000 ਜਿਨ੍ਹਾਂ ਨੇ ਰੱਜ ਕੇ ਰੋਟੀਆਂ ਖਾਧੀਆਂ ਮਿਰਕਲ ਦੇਖੇ ਸੰਕੇਤਕ ਚਿੰਨ ਦੇਖੇ ਜਿਸ ਵੇਲੇ ਪ੍ਰਭੂ ਯੇਸੂ ਮਸੀਹ ਦੀ ਸਿੱਖਿਆ ਦੀ ਗੱਲ ਆਈ ਜਿਸ ਵੇਲੇ ਪਿੱਛੇ ਚੱਲਣ ਦੀ ਗੱਲ ਆਈ ਤਾਂ ਉਹ ਚਰਚ ਬੇਲੀ ਸੀ ਉਹ ਆਪਣਾ ਆਪਣਾ ਰਸਤਾ ਲਿਆ ਪਰ ਜਿਹੜੇ ਪ੍ਰਭੂ ਯਿਸੂ ਦੇ ਪਿੱਛੇ ਚੱਲਣਾ ਮੰਗਦੇ ਸੀਗੇ ਉੱਥੇ ਬੈਠਿਆ ਸੰਕੇਤਕ ਅਸੀਂ ਬਹੁਤ ਵਾਰੀ ਸੋਚਦੇ ਹਾਂ ਕਿ ਅਗਰ ਸੰਕੇਤਕ ਚਿੰਨ ਹੋਣ ਅਗਰ ਬਹੁਤ ਸਾਰੀ ਹੀਲਿੰਗ ਹੋਵੇ ਤਾਂ ਬਹੁਤ سارے ਲੋਕ ਯਿਸੂ ਦੇ ਕੋਲ ਆਉਣਗੇ ਜੇ ਯਿਸੂ ਦੇ ਹੁੰਦਿਆਂ ਹੋਇਆਂ ਵੀ ਉਹ ਯਿਸੂ ਦੇ ਵਿੱਚ ਨਹੀਂ ਰਹੇ ਤੇ ਅੱਜ ਦੇ ਸਮੇਂ ਦੇ ਵਿੱਚ ਉਹ ਕਿੱਦਾਂ ਰਹਿਣਗੇ ਸੋ ਸਾਡੀ ਦੁਆ ਇਹ ਹੋਣੀ ਚਾਹੀਦੀ ਆ ਕਿ ਪ੍ਰਭੂ ਜੀ ਤੂੰ ਲੋਕਾਂ ਦੇ ਦਿਲਾਂ ਦੇ ਨਾਲ ਗੱਲ ਕਰ ਉਹਨਾਂ ਨੂੰ ਆਪਣੀ ਉਹ ਦਇਆ ਦਿਖਾ ਜਿਹੜੀ ਸਦੀਪਕ ਰਹਿਣ ਵਾਲੀ ਆ ਜਿਹੜੀ ਸਦਾ ਰਹਿਣ ਵਾਲੀ ਆ ਪ੍ਰਭੂ ਦਾ ਸ਼ੁਕਰ ਕੀ ਪ੍ਰਭੂ ਮੇਰਾ ਕਲ ਕਰਦਾ ਅੱਜ ਬਿਲਕੁਲ ਕਰਦਾ ਆਈ ਆਮ ਨਾਟ ਸੇਇੰਗ ਦੈਟ ਕੀ ਸਾਨੂੰ ਬਿਮਾਰ ਦੇ ਲਈ ਦੁਆ ਕਰਨੀ ਚਾਹੀਦੀ ਹੈ ਆਫ ਕੋਰਸ ਸਾਨੂੰ ਬਿਮਾਰ ਦੇ ਲਈ ਦੁਆ ਕਰਨੀ ਚਾਹੀਦੀ ਹੈ ਸਾਡਾ ਕੋਈ ਭੈਣ ਭਰਾ ਮਜਬੂਰੀ ਦੇ ਵਿੱਚ ਉਸ ਦੇ ਲਈ ਦੁਆ ਕਰਨੀ ਚਾਹੀਦੀ ਉਸ ਦੇ ਲਈ ਖੜੇ ਹੋਣਾ ਚਾਹੀਦਾ ਉਸ ਦੇ ਨਾਲ ਖੜੇ ਹੋਣਾ ਚਾਹੀਦਾ ਆਫ ਕੋਰਸ ਵੀ ਆ ਕਾਲਡ ਫਾਰ ਦੈਟ ਪਰ ਕੀ ਸਾਨੂੰ ਇਹਨਾਂ ਚੀਜ਼ਾਂ ਨੂੰ ਮਸੀਹ ਦੇ ਲਈ ਲੋਕਾਂ ਨੂੰ ਜਿੱਤਣ ਦਾ ਇੱਕ ਸਾਧਨ ਬਣਾ ਲੈਣਾ ਚਾਹੀਦਾ ਨੋ ਇਟ ਡਸਨਟ ਵਰਕ ਇਟ ਡਸਨਟ ਵਰਕ ਫਾਰ ਲੌਂਗ ਟਾਈਮ ਬਹੁਤੀ ਧੇਰ ਤੱਕ ਇਹ ਕੰਮ ਨਹੀਂ ਕਰਦੀਆਂ ਚੀਜ਼ਾਂ ਕਿਉਂਕਿ ਜਿਹੜੀ ਅਸਲੀ ਚੀਜ਼ ਆ ਉਹ ਅਸਲ ਦੇ ਵਿੱਚ ਫਿਰ ਯਿਸੂ ਨੂੰ ਪਹਿਚਾਨਣਾ ਪੈਂਦਾ ਕਿ ਯਿਸੂ ਕੌਣ ਕਿ ਇਹੋ ਹੀ ਉਹ ਹੈ ਜਿਹੜਾ ਜਿਸ ਦੇ ਉੱਤੇ ਪਿਤਾ ਨੇ ਮੋਹਰ ਲਾਈ ਆ ਜਿਸ ਨੂੰ ਇਸ ਧਰਤੀ ਦੇ ਉੱਤੇ ਉਸਨੇ ਕਲਿਆ ਇਹੋ ਹੀ ਆ ਜਿਹੜੀ ਜੀਵਨ ਦੀ ਰੋਟੀ ਆ ਇਹੋ ਹੀ ਆ ਜਿਹੜਾ ਜੀਵਨ ਦਾ ਪਾਣੀ ਆ ਇਹੋ ਹੀ ਆ ਜਿਹੜਾ ਅਨੰਤ ਜੀਵਨ ਆ ਔਰ ਇਹੋ ਹੀ ਆ ਜੋ ਅਸਲ ਦੇ ਵਿੱਚ ਮੇਰਾ ਆ ਔਰ ਮੇਰੇ ਲਈ ਆ ਔਰ ਮੇਰੇ ਸਾਨੂੰ ਪੁਰਾਣੇ ਡੱਬੇ ਜਿਹੜੇ ਅੰਦਰ ਅਸੀਂ ਪਾਇਓ ਸੁੱਟਣੇ ਪੈਂਦੇ ਆ ਇੱਕ ਨਵਾਂ ਪੰਨ ਲੈ ਕੇ ਖੜੇ ਹੋਣਾ ਪੈਂਦਾ ਅਗਰ ਕੋਈ ਅਨੰਤ ਜੀਵਨ ਦੇ ਲਈ ਭਟਕਦਾ ਪਿਆ ਅਗਰ ਕੋਈ ਇਹ ਸੋਚਦਾ ਪਿਆ ਕਿ ਇਸ ਜੀਵਨ ਦੇ ਵਿੱਚ ਤਾਂ ਜੋ ਹੈ ਸੋ ਹੈ ਪਰ ਪ੍ਰਭੂ ਜੀ ਅੰਨ ਵਾਲਾ ਜਿਹੜਾ ਸਮਾਂ ਆ ਆਤਮਾ ਤਾਂ ਮਰਦੀ ਨਹੀਂ ਉਸ ਦਾ ਕੀ ਬਣੇਗਾ ਤੋਸ ਦੇ ਲੈ ਪ੍ਰਭੂ ਯੂਸੂਕੈਂ ਦਾ ਕਿ ਮੇਰੇ ਕੋਲ ਮੇਰੇ ਕੋਲ ਆਓ ਪਤਾ ਨਹੀਂ ਕਿਸ ਨਾਮ ਦੇ ਨਾਲ ਅਸੀਂ ਬਾਪ ਨੂੰ ਪੁਕਾਰਿਆ ਕਈ ਨਾਮਾਂ ਦੇ ਨਾਲ ਉਸ ਨੂੰ ਪੁਕਾਰਿਆ ਪਰ ਪ੍ਰਭੂ ਦਾ ਸ਼ੁਕਰ ਆ ਕਿ ਉਸ ਦੀ ਕਿਰਪਾ ਇਹ ਸੀ ਕਿ ਉਹ ਸਾਨੂੰ ਹਰ ਪਾਸਿਓਂ 모ੜ ਕਰੋੜ ਕੇ ਰਸਤਿਆਂ ਦੇ ਵਿੱਚ ਦੀ ਜਿਹੜੇ ਵੀ ਰਸਤੇ ਆ ਥਾਣੀਆਂ ਸੀ ਦੌੜਨਾ ਚਾਹਿਆ ਸਾਨੂੰ ਯਸੂ ਦੇ ਕੋਲ ਲੈ ਕੇ ਆ ਗਿਆ ਜੋ ਜੀਵਨ ਦੀ ਰੋਟੀ ਆ ਜੋ ਜੀਵਨ ਦਾ ਪਾਣੀ ਆ ਮੇਰੀ ਬੇਨਤੀ ਇਹ ਆ ਕਿ ਇਹਨਾਂ ਹਿੱਸਿਆਂ ਨੂੰ ਐਵੇਂ ਆਪਣੀ ਜ਼ਿੰਦਗੀ ਦੇ ਵਿੱਚ ਨਾ ਜਾਣ ਦੇ ਜਿਹੜੇ ਅਸੀਂ ਪੜ੍ਹੇ ਆ ਇਹਨਾਂ ਤੇ ਗੌਰ ਕਰਿਓ ਇਹਦੇ ਵਿੱਚ ਬੜੇ ਵੱਡੇ ਵੱਡੇ ਸੀਕ੍ਰੇਟ ਦਿੱਤੇ ਹੋਏ ਚੈਪਟਰ ਇਹ ਜਿਹੜਾ ਚੈਪਟਰ ਆ ਇਹ ਮਸੀਹਤ ਦਾ ਸੀਕ੍ਰੇਟ ਚੈਪਟਰ ਕਿਹਾ ਗਿਆ ਇਸ ਨੂੰ ਜਿੰਨਾ ਵੀ ਪੜੋਗੇ ਤੁਹਾਨੂੰ ਹਰ ਇੱਕ ਵਾਰੀ ਕੋਈ ਐਸੀ ਚੀਜ਼ ਮਿਲੇਗੀ ਮੈਂ ਬਹੁਤ ਸਾਰੀਆਂ ਚੀਜ਼ਾਂ ਇਹਦੇ ਵਿੱਚ ਐਸੀਆਂ ਦੇਖੀਆਂ ਜਿਹੜੀਆਂ ਮੈਂ ਤਿਆਰੀ ਦੇ ਵਿੱਚ ਦੇਖੀਆਂ ਹੀ ਨਹੀਂ ਔਰ ਮੈਨੂੰ ਆਹ ਪੜਦੇ ਪੜਦੇ ਨੂੰ ਆਪਣੀ ਆਤਮਾ ਦੇ ਲਈ ਮਿਲੀਆਂ ਕਿ ਵਾਓ ਇਹਦੇ ਵਿੱਚ ਇਹਦੇ ਵਿੱਚ ਇਨਸਾਨੀਅਤ ਨੇ ਸਵਾਲ ਕੀਤੇ ਆ ਪ੍ਰਭੂ ਜਵਾਬ ਦੇ ਰਿਹਾ ਇਹ ਕੈਸਾ ਚੈਪਟਰ ਆ ਪ੍ਰਭੂ ਨੇ ਚਾਇਆ ਤੇ ਅਗਲੇ ਹਫਤੇ ਕੈਲਗਰੀ ਦੀ ਕਾਨਫਰੰਸ ਤੋਂ ਬਾਅਦ ਅਸੀਂ ਇਸ ਦੇ ਵਿੱਚੋਂ ਥੋੜੇ ਹਿੱਸੇ ਹੋਰ ਲਵਾਂਗੇ ਔਰ ਪ੍ਰਭੂ ਦੇ ਵਚਨ ਦੇ ਵਿੱਚੋਂ ਪ੍ਰਭੂ ਦੀ ਕਿਰਪਾ ਦੇ ਬਾਰੇ ਜਿਹੜੀ ਉਸ ਨੇ ਸਾਡੇ ਤੇ ਯਿਸੂ ਮਸੀਹ ਦੇ ਰਾਹੀਂ ਕੀਤੀ ਆ ਉਸ ਨੂੰ ਅਸੀਂ ਦੇਖਦੇ ਜਾਵਾਂਗੇ ਕਿ ਖੁਦਾਵਾਨ ਨੇ ਦੀ ਇਹ ਪਿਆਰੇ ਬਾਪ ਦੀ ਕਿਰਪਾ ਜੋ ਸਾਡੇ ਤੇ ਹੋਈ ਆ ਅਸੀਂ ਇਸ ਨੂੰ ਕਿਸ ਤਰ੍ਹਾਂ ਔਰ ਕਿੱਦਾਂ ਆਪਣੀ ਜ਼ਿੰਦਗੀ ਦੇ ਵਿੱਚ ਅਸੈਪਟ ਕਰੀਏ ਕਿ ਅਸੀਂ ਪ੍ਰਭੂ ਦੇ ਪਿੱਛੇ ਚੱਲ ਸਕੀਏ lettes pray ਆਓ ਤੁਹਾਡੇ ਖੁਦਾਵਾਨ ਤੇਰਾ ਸ਼ੁਕਰ ਕਰਦੇ ਆ ਤੇਰੇ ਘਰ ਆ ਸਕੇ ਤੇਰਾ ਵਚਨ ਸੁਣ ਸਕੇ ਤੇਰੇ ਨਾਮ ਨੂੰ ਉੱਚਾ ਕਰ ਸਕੇ ਸ਼ੁਕਰਗੁਜ਼ਾਰੀ ਕਰ ਸਕੇ ਬਾਕੀ ਦਾ ਸਮਾਂ ਤੂੰ ਹੁਣ ਸਾਡੇ ਨਾਲ ਬਣਿਆ ਰਹੀਂ ਅਸੀਂ ਤੇਰੇ ਘਰ ਦੇ ਵਿੱਚੋਂ ਇਹ ਜੀਵਨ ਦਾ ਰੋਟੀ ਔਰ ਜੀਵਨ ਦਾ ਪਾਣੀ ਲੈ ਕੇ ਜਾਈਏ ਜਿਸ ਦੇ ਨਾਲ ਅਸੀਂ ਜਿਉਂਦੇ ਰਹੀਏ ਔਰ ਇਸ ਤਾਕਤ ਦੇ ਨਾਲ ਅਸੀਂ ਤੇਰਾ ਨਾਮ ਦੂਜਿਆਂ ਤੱਕ ਲੈ ਕੇ ਜਾਈਏ ਪਿਆਰੇ ਬਾਪ ਤੇਰਾ ਸਾਥ ਤੇਰੀ ਨਿਗ੍ਹਾਬਾਨੀ ਔਰ ਤੇਰੀ ਕਿਰਪਾ ਸਾਡੇ ਨਾਲ ਜਾਏ ਪੁੱਤਰਾਤਮਾ ਦੀ ਹਜ਼ੂਰੀ ਸਾਡੇ ਨਾਲ ਜਾਏ ਉਸ ਦੀ ਭਰਪੂਰੀ ਸਾਡੇ ਨਾਲ ਜਾਏ बेटे ਦਾ ਸਾਥ ਔਰ ਬੇਟੇ ਦੀ ਬੁੱਧ ਸਾਡੇ ਨਾਲ ਜਾਏ ਇਹ ਸਭ ਕੁਝ ਅਸੀਂ ਪ੍ਰਭੂ ਯਿਸੂ ਮਸੀਹ ਦੇ ਮਿੱਠੇ ਔਰ ਪਿਆਰੇ ਨਾਮ ਚ ਮੰਗਦੇ ਹਾਂ ਔਰ ਸਾਰੀ ਸੰਗਤ ਕਾਏ